ਸਤਿ ਸ੍ਰੀ ਅਕਾਲ, ਮੈਂ ਹਾਂ ਚੰਚਲ ਮਨੋਹਰ ਸਿੰਘ। ਤੁਸੀਂ ਦੇਖ ਰਹੇ ਹੋ ਅੰਮ੍ਰਿਤ ਪ੍ਰਸਾਰ। ਅੰਮ੍ਰਿਤ ਪ੍ਰਸਾਰ ਦੇ ਵਿਸ਼ਵ ਪੱਧਰ ਤੇ ਫੈਲੇ ਹੋਏ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ। ਅੱਜ ਅਸੀਂ ਆਪਣੇ ਦਰਸ਼ਕਾਂ ਨੂੰ ਨਾਲ ਸਾਂਝ ਪਵਾ ਰਹੇ ਹਾਂ ਇਸ ਸੰਵਾਦ ਨਾਲ, ਜਿਹੜਾ ਅਸੀਂ ਸਰਦਾਰ ਜਸਵੀਰ ਸਿੰਘ ਪੱਟੀ, ਜੋ ਪੰਜਾਬ ਦੇ ਉੱਘੇ ਸੀਨੀਅਰ ਜਰਨਲਿਸਟ ਹੈ, ਉਹਨਾਂ ਨਾਲ ਰਚਾ ਰਹੇ ਹਾਂ। ਇਸ ਜੋ ਸੰਵਾਦ ਹੈ ਇਹਦੇ ਵਿੱਚ ਅਸੀਂ ਇਹ ਸਾਂਝ ਪਾਉਣ ਦੀ ਕੋਸ਼ਿਸ਼ ਕਰਾਂਗੇ, ਔਰ ਇਹਦੇ ਵਿੱਚ ਸਾਡੀ ਸਾਰਾ ਜੋ ਸਹਿਯੋਗੀ ਹਨ ਉਹ ਸਰਦਾਰ ਜਸਵੀਰ ਸਿੰਘ ਪੱਟੀ ਜੀ ਹਨ, ਕਿ ਜੋ 2 ਤਰੀਕ ਅਕਾਲ ਤਖ਼ਤ ਸਾਹਿਬ ਦੇ ਬੁਲਾਏ ਗਏ ਲੀਡਰ, ਯਾਨੀ ਕਿ 17 ਤੋਂ ਸਾਬਕਾ ਮਨਿਸਟਰ ਬੁਲਾਏ ਗਏ SGPC ਦੀ 2015 ਵਾਲੀ ਐਗਜੀਕਿਊਟਿਵ ਕਮੇਟੀ ਬਣਾਈ ਗਈ ਹੈ। ਇਸ ਕਮੇਟੀ ਦਾ ਜੋ ਮੁਖੀ ਸੀ ਉਸ ਟਾਈਮ ਉਹ ਸੀਗਾ ਵਿਰਕ। ਸੋ ਉਸ ਨੂੰ ਇਸ ਲਈ ਬੁਲਾਇਆ ਕਿ ਉਹਨਾਂ ਨੇ, ਕੋਈ ਕਹਿੰਦਾ 90 ਲੱਖ, ਕੋਈ ਕਹਿੰਦਾ 92 ਲੱਖ, ਉਹ ਮੈਟਰ ਨਹੀਂ ਕਰਦਾ, 90 ਲੱਖ ਤੋਂ ਉੱਪਰ ਦਾ ਰੁਪਇਆ ਉਹਨਾਂ ਨੇ ਬਿੱਲ ਕਲੀਅਰ ਕੀਤੇ, ਜਿਸ ਰਾਹੀਂ ਕਿ ਐਡਵਰਟਾਈਜ਼ਮੈਂਟ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਲਵਾਇਆ ਕਿ ਜਿਹੜੀ ਰਾਮ ਰਹੀਮ ਨੂੰ ਮਾਫੀ ਦਿੱਤੀ ਹੈ ਇਹ ਬਹੁਤ ਸ਼ਲਾਘਾਯੋਗ ਕੰਮ ਹੈ ਕੀਤਾ SGPC ਨੇ, ਔਰ ਇਹ ਇਹ ਬੜੀ ਮਹੱਤਵਪੂਰਨ ਗੱਲ ਹੈ ਕਿ ਉਹ ਐਗਜ਼ੀਕਿਊਟਿਵ ਕਮੇਟੀ ਵੀ ਬੁਲਾ ਲਈ ਗਈ 2015 ਵਾਲੀ। ਔਰ ਇਹਦੇ ਵਿੱਚ ਫੇਰ ਬੁਲਾਇਆ ਗਿਆ ਅਕਾਲੀ ਦਲ ਦੀ ਵਰਕਿੰਗ ਕਮੇਟੀ ਨੂੰ, ਔਰ ਜਿਹੜੇ ਕੁਛ ਬੁਲਾਏ ਗਏ ਸੁਧਾਰ ਲਹਿਰ ਦੇ ਜੋ ਐਕਟਿਵਿਸਟ ਹਨ ਉਹਨਾਂ ਨੂੰ ਵੀ ਬੁਲਾਇਆ ਗਿਆ। ਸੋ ਇਹ ਜੋ ਕੁਛ ਹੋਣ ਵਾਲਾ ਹੈ ਇਹ ਪਾਰਦਰਸ਼ੀ ਢੰਗ ਨਾਲ ਹੋ ਰਿਹਾ, ਇਹਦੇ ਵਿੱਚ ਕੋਈ ਪਰਦਾ ਨਹੀਂ ਰੱਖਿਆ ਗਿਆ। ਅਕਾਲ ਤਖ਼ਤ ਸਾਹਿਬ ਦੇ ਸਾਹਮਣੇ ਉਹ ਪੇਸ਼ ਹੋਣਗੇ, ਔਰ ਉੱਥੇ ਉਹਨਾਂ ਬਾਰੇ ਜੋ ਵੀ ਉਹਨਾਂ ਉੱਪਰ ਦੋਸ਼ ਆਇਤ ਕੀਤੇ ਨੇ ਅਧਿਐਨ ਕਰਕੇ, ਕਾਫੀ ਦੇਰ ਦੀ ਜੋ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਰਘਵੀਰ ਸਿੰਘ ਜੀ ਅਤੇ ਉਹਨਾਂ ਨਾਲ ਬਾਕੀ ਦੇ ਹੋਰ ਜਥੇਦਾਰ ਜਿਵੇਂ ਕਿ ਗਿਆਨੀ ਹਰਪ੍ਰੀਤ ਸਿੰਘ ਜੀ, ਗਿਆਨੀ ਸੁਲਤਾਨ ਸਿੰਘ ਜੀ ਅਤੇ ਹੋਰ ਵੀ ਜੋ ਕੁਛ ਉਹਨਾਂ ਨੇ ਅਧਿਐਨ ਕੀਤਾ ਹੈ, ਸਾਰਾ ਕੁਛ ਜੋ ਕਿ ਸਭ ਪਾਸੋਂ ਉਹਨਾਂ ਪਾਸ ਜੋ ਮੋਮਰੰਡਮ ਆਏ ਜਿਹਨਾਂ 'ਚ ਉਹਨਾਂ ਨੇ ਮੰਗ ਵੀ ਕੀਤੀ ਹੈ, ਕਈ ਮੋਮਰੰਡਮ ਸੁਝਾਅ ਵੀ ਦਿੱਤੇ ਹਨ, ਇਹਨਾਂ ਦੀ ਗਿਣਤੀ ਸੈਂਕੜਿਆਂ ਤੋਂ ਉੱਪਰ ਹੈ। ਸੋ ਇਹਦੇ ਉੱਪਰ ਕੀ ਹੋਣਾ, ਪਰਸੋਂ ਦੀਆਂ ਸੰਭਾਵਨਾਵਾਂ ਹਨ, ਇਹਦੇ ਬਾਰੇ ਸਾਨੂੰ ਚਾਨਣਾ ਪਾਣਗੇ ਸਰਦਾਰ ਜਸਵੀਰ ਸਿੰਘ ਪੱਟੀ ਜੀ। ਜਿਵੇਂ ਮੈਂ ਤੁਹਾਨੂੰ ਦੱਸ ਸਕਿਆ ਕਿ ਇਹਨਾਂ ਦਾ 30-40 ਸਾਲ ਦਾ ਐਕਸਪੀਰੀਅੰਸ ਹੈ, ਵਿਦਵਾਨ ਪੱਤਰਕਾਰ ਹਨ। ਤੋ ਸਰਦਾਰ ਜਸਵੀਰ ਸਿੰਘ ਪੱਟੀ ਜੀ, ਸਤਿ ਸ੍ਰੀ ਅਕਾਲ ਜੀ, ਆਇਆ ਤੁਹਾਡਾ ਇਸ ਚੈਨਲ ਤੇ ਬਹੁਤ ਬਹੁਤ ਸਵਾਗਤ ਹੈ। ਸ਼ੁਕਰੀਆ ਜੀ, ਮੇਰੇ ਵੱਲੋਂ ਵੀ ਆਪ ਜੀ ਦੇ ਸਾਰੇ ਸਰੋਤਿਆਂ ਤੇ ਦਰਸ਼ਕਾਂ ਨੂੰ ਸਤਿ ਸ੍ਰੀ ਅਕਾਲ ਜੀ। ਸੋ ਸਰਦਾਰ ਜਸਵੀਰ ਸਿੰਘ ਪੱਟੀ ਜੀ, ਮੇਰਾ ਸਵਾਲ ਇਹ ਹੈ ਕਿ ਇੰਨੇ ਵੱਡੀ ਗਿਣਤੀ ਵਿੱਚ ਲੋਕ ਬੁਲਾ ਲੈਣ, ਲੀਡਰ ਹਨ, SGPC ਦੇ ਮੈਂਬਰ ਹਨ, ਐਗਜੈਕਟਿਵ ਕਮੇਟੀ ਹੈ, ਔਰ ਉਹਦੇ ਵਿੱਚ ਉਹਨਾਂ ਨੇ ਪ੍ਰਧਾਨ ਵੀ ਬੁਲਾ ਲਿਆ,
ਹਰਜਿੰਦਰ ਸਿੰਘ ਧਾਮੀ ਜੀ ਨੂੰ, ਤਾਂ ਇਹ ਸਾਰਾ ਕੁਝ ਪਬਲਿਕਲੀ ਹੈ। ਮੈਨੂੰ ਕਈ ਦੋਸਤਾਂ ਨੇ ਪੁੱਛਿਆ ਵੀ ਅਸੀਂ ਉੱਥੇ ਜਾ ਸਕਦੇ ਹਾਂ, ਤੇ ਮੈਂ ਉਹਨਾਂ ਨੂੰ ਦੱਸਿਆ ਹੈ ਕਿ ਵੀ ਇਹ ਖੁੱਲਾ ਖੁੱਲਾ ਦਰਬਾਰ ਲੱਗ ਰਿਹਾ ਅਕਾਲ ਤਖ਼ਤ, ਇਹਦੇ ਵਿੱਚ ਜੋ ਕੁਝ ਹੋਣਾ ਹੈ ਜਨਤਕ ਹੋ ਰਿਹਾ, ਇਹਦੇ 'ਚ ਸਿੰਘ ਸੰਗਤਾਂ ਦਰਬਾਰ ਅਕਾਲ ਤਖ਼ਤ ਸਾਹਿਬ ਦੇ ਸਾਹਮਣੇ ਬੈਠ ਕੇ ਆਰਾਮ ਨਾਲ ਜਾਂ ਖੜੇ ਹੋ ਕੇ ਹੱਥ ਜੋੜ ਕੇ ਸਾਰਾ ਕੁਝ ਇਤਿਹਾਸਕ ਫੈਸਲਾ ਜਿਹੜਾ ਉਹ ਦੇਖ ਸਕਦੇ ਨੇ। ਮੇਰੀ ਆਪ ਜੀ ਨੂੰ ਇਹ ਸਵਾਲ ਹੈ ਕਿ ਇੰਨੇ ਵੱਡੇ ਲੀਡਰਾਂ ਨੂੰ ਕਿਵੇਂ ਸਮੇਟਿਆ ਜਾਏਗਾ ਔਰ ਉੱਥੇ ਕੀ ਕੁਛ ਹੋਏਗਾ, ਇਸ ਬਾਰੇ ਤੁਸੀਂ ਕਿਉਂਕਿ ਅੰਮ੍ਰਿਤਸਰ 'ਚ ਬੈਠੇ ਹੋ, ਤਖ਼ਤ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਜਿਹੜਾ ਸੈਕਟਰੀਟੇਰੀਏਟ ਹੈ ਉਸਦੇ ਤੁਸੀਂ ਆਰਾਮ ਨਾਲ ਜਾ ਆ ਕੇ ਸਾਰਾ ਕੁਝ ਜੋ ਇਕੱਠੀ ਕੀਤੀ ਹੈ ਸਮੱਗਰੀ ਉਹ ਸਾਡੇ ਦਰਸ਼ਕਾਂ ਨਾਲ ਸਾਂਝੀ ਕਰੋ। ਨਾਲੇ ਇਹ ਦੱਸੋ ਵੀ ਇਹ ਏਡਾ ਵੱਡਾ ਜੋ ਪਹਿਲੀ ਵਾਰੀ ਹੋ ਰਿਹਾ ਇਤਿਹਾਸਕ ਦਿਨ ਹੋਏਗਾ, 2 ਤਰੀਕ 1 ਵਜੇ ਪੰਜਾਬ ਦਾ ਨਹੀਂ ਬਲਕਿ ਸਿੱਖ ਕੌਮ ਦਾ ਸਿੱਖ ਧਰਮ ਦਾ ਨਵੇਂ ਸਿਰੇ ਤੋਂ ਇਤਿਹਾਸ ਵੀ ਸਿਰਜਿਆ ਜਾਏਗਾ, ਇਸ ਬਾਰੇ ਜਾਣਨਾ ਪਾ। ਇੱਕ ਤਾਂ ਮੈਂ ਦੱਸ ਦਿਆਂ ਜੀ, ਪਹਿਲੀ ਵਾਰੀ ਨਹੀਂ ਹੋ ਰਿਹਾ ਹੈ। ਜਦੋਂ ਮਾਸਟਰ ਤਾਰਾ ਸਿੰਘ ਨੇ ਪੋਖਰਤਾਲ ਰੱਖੀ ਸੀ ਅਤੇ ਪੋਖਰਤਾਲ ਵਿੱਚੇ ਛੱਡੀ ਸੀ, ਉਦੋਂ ਮਾਸਟਰ ਤਾਰਾ ਸਿੰਘ 'ਤੇ ਪੂਰੀ ਦੀ ਪੂਰੀ ਵਰਕਿੰਗ ਕਮੇਟੀ ਨੂੰ ਇਸੇ ਤਰ੍ਹਾਂ ਖੜਾ ਕੀਤਾ ਗਿਆ ਸੀ, ਕਿਉਂਕਿ ਵਰਕਿੰਗ ਕਮੇਟੀ ਦੇ ਕਹਿਣ 'ਤੇ ਉਹਨੇ ਪੋਖਰਤਾਲ ਸ਼ੁਰੂ ਕੀਤੀ ਸੀ ਅਤੇ ਵਰਕਿੰਗ ਕਮੇਟੀ ਦੇ ਕਹਿਣ 'ਤੇ ਉਹਨੇ ਖਤਮ ਕੀਤੀ ਸੀ। ਫਿਰ ਜਥੇਦਾਰ ਕਹਿੰਦੇ ਸੀ ਤੁਸੀਂ ਬਰਾਬਰ ਦੇ ਦੋਸ਼ੀ ਹੋ, ਤੁਸੀਂ ਵੀ ਆ ਜਾਓ। ਉਸੇ ਪੈਟਰਨ 'ਤੇ ਹੁਣ ਵੀ ਕੰਮ ਹੋ ਰਿਹਾ। ਹੁਣ ਇਹ ਮੇਰੇ ਖਿਆਲ ਕੋਈ ਉਦੋਂ ਤਾਂ 48 ਸੀ, ਸ਼ਾਇਦ ਹੁਣ 50 ਦੇ ਕਰੀਬ ਬੰਦੇ, 50-50 ਦੇ ਬੰਦੇ ਕਰੀਬ ਹੋਣਗੇ ਜਿਹੜੇ ਉੱਥੇ ਆਉਣਗੇ। ਤੇ ਮੈਨੂੰ ਉਮੀਦ ਨਹੀਂ ਵੀ ਜਿਹੜੇ ਬਕਾਇਦਾ ਤੌਰ 'ਤੇ ਇਹਦੇ ਵਿੱਚ ਦੂਸਰੀਆਂ ਪਾਰਟੀਆਂ ਜਾ ਚੁੱਕੇ ਅਤੇ ਪਤਿਤ ਨੇ, ਪਤਿਤ ਨੂੰ ਅਕਾਲ ਤਖ਼ਤ 'ਤੇ ਤਲਬ ਨਹੀਂ ਕੀਤਾ ਜਾ ਸਕਦਾ, ਉਹਨੂੰ ਵਾਰਨਿੰਗ ਦਿੱਤੀ ਜਾਂਦੀ ਹੈਗੀ, ਉਹਦੇ ਖਿਲਾਫ਼ ਕਾਰਵਾਈ ਕੀਤੀ ਜਾ ਸਕਦੀ ਹੈ। ਲੇਕਿਨ ਗਿਆਨੀ ਗੁਰਬਚਨ ਸਿੰਘ ਨੇ ਜਦੋਂ 42 ਕਿ 43 ਅਕਾਲੀ ਆਗੂ ਬੁਲਾਇਆ ਸੀ, ਤੁਹਾਨੂੰ ਪਤਾ ਹੋਏਗਾ, ਜਿਹੜੇ ਜਾ ਕੇ ਮੱਥਾ ਟੇਕ ਕੇ ਆਏ ਸੀ ਸੋਦਾ ਸਾਹਿਬ ਦੇ, ਉਸ ਟਾਈਮ ਦੇ ਉੱਤੇ 2 ਪਤਿਤ ਅੱਜ ਤੱਕ ਪੇਸ਼ ਨਹੀਂ ਹੋਏ। ਇੱਕ ਮਨਪ੍ਰੀਤ ਸਿੰਘ ਬਾਦਲ ਦਾ ਬੇਟਾ ਅਰਜਨ ਬਾਦਲ, ਇੱਕ ਬੀਬੀ ਰਜਿੰਦਰ ਕੌਰ ਭੱਠਲ ਅੱਜ ਤੱਕ ਨਹੀਂ ਪੇਸ਼ ਹੋਏ। ਲੇਕਿਨ 44 ਬੰਦੇ, 44 ਬਕਾਇਦਾ ਤੌਰ 'ਤੇ ਜਿਹੜੇ ਲੀਡਰ ਸੀ, ਉਹਨਾਂ ਨੂੰ ਝਾੜੂ ਦੀ ਸੇਵਾ ਲਾਈ ਸੀ ਵੀ ਝਾੜੂ ਵੀ ਮਾਰਨਾ ਅਤੇ ਬਰਤਨ ਵੀ ਸਾਫ਼ ਕਰਨੇ ਅਤੇ ਜੋੜੇ ਵੀ ਸਾਫ਼ ਕਰਨੇ। ਠੀਕ ਹੈ, ਇਹ ਪਹਿਲਾ ਨਹੀਂ, ਇਹ ਦੂਸਰਾ ਤੀਸਰਾ ਇੰਸੀਡੈਂਟ ਆ, ਇਹ ਉਹਨਾਂ ਦੇ ਸੰਦਰਭ 'ਚ ਹੋ ਰਿਹਾ। ਹੁਣ ਦੂਸਰੀ ਚੀਜ਼, ਜਿਸ ਤਰੀਕੇ ਨਾਲ ਬਕਾਇਦਾ ਤੌਰ 'ਤੇ ਅਕਾਲ ਤਖ਼ਤ ਤੋਂ ਹੁਣ ਤੱਕ ਕਾਰਵਾਈ ਕੀਤੀ ਗਈ ਹੈ, ਇਕੱਲੇ ਇੰਡੀਆ ਦੇ ਵਿੱਚ ਨਹੀਂ, ਪੰਜਾਬ ਦੇ ਵਿੱਚ ਨਹੀਂ, ਦੁਨੀਆਂ ਭਰ ਦੇ ਸਿੱਖਾਂ ਦੀਆਂ ਅੱਖਾਂ ਲੱਗੀਆਂ ਉੱਥੇ। ਹੁਣ ਹਾਂਜੀ ਹਾਂਜੀ, ਮੈਂ ਚੰਗੀ ਗੱਲ ਆ, ਮੈਂ ਸ਼੍ਰੋਮਣੀ ਕਮੇਟੀ ਨੂੰ ਕਹੂੰਗਾ ਜਾਂ ਕਿਸੇ ਪੰਥ ਪ੍ਰਸਤ ਟੀਵੀ ਚੈਨਲ ਨੂੰ ਕਹੂੰਗਾ ਵੀ ਉਹ ਲਾਈਵ ਕਵਰੇਜ ਦੇ ਦੇਣ ਉੱਥੋਂ। ਲਾਈਵ ਕਵਰੇਜ ਤਦ ਹੋ ਸਕਦੀ ਹੈ ਜੇ SGPC ਇਜਾਜ਼ਤ ਦੇਵੇ ਤੇ, ਅਤੇ ਮੈਨੂੰ ਉਮੀਦ ਨਹੀਂ ਵੀ SGPC ਦੀ ਇਜਾਜ਼ਤ ਦੇਊਗੀ, ਕਿਉਂ SGPC ਦੇ ਬੌਸ ਦੀ ਤਾਂ ਉੱਥੇ ਝੰਡ ਹੋਣੀ ਆ, ਉਹ ਕਿਉਂ ਇਜਾਜ਼ਤ ਦੇਊਗੀ। ਹੁਣ ਦੂਸਰੀ ਚੀਜ਼ ਇਹ ਆ,
ਪਹਿਲੀ ਗੱਲ ਤਾਂ ਇਹ ਹੈ ਵੀ ਇਹਦੇ ਵਿੱਚ ਵਰਕਿੰਗ ਕਮੇਟੀ, ਸੁਖਬੀਰ ਸਿੰਘ ਬਾਦਲ 17 ਮੰਤਰੀ, ਅਤੇ ਨਾਲ ਇੱਥੋਂ ਤੱਕ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੂੰ ਬੁਲਾ ਲਿਆ ਵੀ ਆਪਣੇ 77 ਜਿਹੜੇ ਤੇਰੇ ਉਸ ਟਾਈਮ ਦੇ ਸੈਕਟਰੀ ਸੀ ਉਹ ਵੀ ਨਾਲ ਲੈ ਕੇ ਆਈ, ਉਹ ਵੀ ਖੜ੍ਹੇ ਕਰਨੇ ਇੱਥੇ। ਅੱਜ ਤੋਂ 3-4 ਸਾਲ ਪਹਿਲਾਂ ਪੂਰੀ ਦੀ ਪੂਰੀ ਓਬਜੈਕਟਿਵ ਨੂੰ ਗਿਆਨੀ ਹਰਪ੍ਰੀਤ ਸਿੰਘ ਨੇ ਜਿਹੜੀ ਸਜ਼ਾ ਲਾਈ ਸੀਗੀ, ਕਿਸੇ ਕੇਸ 'ਚ ਕੇਸ ਮੈਨੂੰ ਯਾਦ ਨਹੀਂ ਉਹਦਾ, ਪੂਰੀ ਦੀ ਪੂਰੀ ਹਾਂਜੀ ਓਬਜੈਕਟਿਵ ਨੂੰ ਇਹ ਕਹਿਤਾ ਸੀ ਵੀ ਤੁਹਾਨੂੰ 1.5 ਮਹੀਨਾ ਤੁਸੀਂ ਕਿਸੇ ਵੀ ਮੰਚ 'ਤੇ ਨਹੀਂ ਜਾ ਸਕਦੇ। ਉਸ ਤੋਂ ਬਾਅਦ ਕਹਿਤਾ ਸੀ ਵੀ ਇਸ ਤੋਂ ਬਾਅਦ ਇਹਨਾਂ ਦੇ ਕੋਈ ਵੀ ਧਾਰਮਿਕ, ਰਾਜਸੀ ਜਾਂ ਸਮਾਜਿਕ ਜ਼ਿੰਮੇਵਾਰੀ ਨਾ ਸੌਂਪੀ ਜਾਵੇ। ਉਦੋਂ ਬਾਅਦ ਹਾਂਜੀ ਫਿਰ ਗੋਬਿੰਦ ਸਿੰਘ ਲੌਂਗੋਵਾਲ ਦੀ ਛੁੱਟੀ ਹੋਈ ਸੀਗੀ, 1 ਸਾਲ ਵਾਸਤੇ ਉਹਨਾਂ ਨੇ ਰੋਕ ਲਾਈ ਸੀਗੀ। ਹੁਣ ਇੱਥੇ ਵੀ ਉਮੀਦ ਹੈ ਵੀ ਘੱਟੋ ਘੱਟ 1 ਸਾਲ ਵਾਸਤੇ ਇਹਨਾਂ 'ਤੇ ਰੋਕ ਲੱਗੇਗੀ, ਜਿਹੜੀ ਤਨਖਾਹ ਲੱਗਣੀ ਉਹ ਵੱਖਰੀ ਆ। ਮੈਂ ਫਿਰ ਦੱਸ ਰਿਹਾ, ਅਕਾਲ ਤਖ਼ਤ ਇੱਕ ਬਖਸ਼ਿੰਦ ਤਖ਼ਤ ਆ, ਜਿੱਥੋਂ ਜਿਹੜਾ ਵੀ ਪੇਸ਼ ਹੁੰਦਾ ਉਹ ਬਖਸ਼ਿਆ ਜਾਂਦਾ ਵਾ, ਉਹਨੂੰ ਸਜ਼ਾ ਨਹੀਂ ਲਾਈ ਜਾਂਦੀ, ਤਨਖਾਹ ਲਾਈ ਜਾਂਦੀ ਹੈ। ਤਨਖਾਹ ਮਤਲਬ ਨਾ ਵਾਧਾ, ਵੀ ਤੁਹਾਡੇ ਨਿੱਤ ਨੇਮ ਦੇ ਵਿੱਚ ਕੋਈ ਕਤਾਈ ਰਹਿ ਗਈ ਹੈ ਜਿਹਦੇ ਕਰਕੇ ਤੁਹਾਡੇ ਕੋਲ ਇਹ ਗਲਤੀ ਹੋਈ ਹੈ, ਅਤੇ ਤੁਹਾਨੂੰ ਪਾਠ ਕਰਨ ਦੀ, ਕੀਰਤਨ ਸੁਣਨ ਦੀ, ਸੰਗਤਾਂ ਦੇ ਜੋੜੇ ਚੜ੍ਹਨ ਦੀ ਸੇਵਾ ਲਾਈ ਜਾਂਦੀ ਹੈ, ਉਹਨੂੰ ਅਸੀਂ ਤਨਖਾਹ ਕਹਿੰਦੇ ਹਾਂ। ਜਿਹੜੀਆਂ ਸਾਡੀਆਂ ਅੰਗਰੇਜ਼ੀ ਅਖਬਾਰਾਂ ਲਿਖਦੀ ਹੈ ਪਨਿਸ਼ਮੈਂਟ, ਸਜ਼ਾ ਬੇਸਿਕਲੀ ਹੁੰਦੀ ਤਾਂ ਸਜ਼ਾ ਹੀ ਆ, ਲੇਕਿਨ ਤਰੀਕਾ ਉਹਦਾ ਵੱਖਰਾ ਹੈਗਾ ਵੀ ਇਹ ਬਖਸ਼ਿੰਦ ਤਖ਼ਤ ਆ। ਹੁਣ ਜਥੇਦਾਰ ਜਿਹੜੇ ਨੇ ਉਹ ਇਸ ਵੇਲੇ ਪੂਰੀ ਤਿਆਰੀ 'ਚ ਨੇ, ਉਹਨਾਂ 2 ਤਰੀਕ ਨੂੰ 1 ਵਜੇ ਦਾ ਟਾਈਮ ਸਾਰਿਆਂ ਨੂੰ ਦਿੱਤਾ ਅਤੇ ਚਿੱਠੀਆਂ ਵੀ ਸਾਰਿਆਂ ਨੂੰ ਕੱਢ ਦਿੱਤੀਆਂ ਗਈਆਂ ਨੇ ਭਾਈ, ਕੱਲ੍ਹ ਨੂੰ ਕੋਈ ਇਹ ਨਾ ਮਿਲੇ ਕਿ ਮੈਂ ਰਹਿ ਗਿਆ, ਆ ਕੇ ਆਪਣਾ ਪ੍ਰਸ਼ਾਦ ਜ਼ਰੂਰ ਲੈ ਜਾਓ ਹਿੱਸੇ ਉਹਦਾ ਜਿਹੜਾ। ਅਤੇ ਇਹ 5 ਜਿਹੜੇ ਬੰਦੇ ਹੋਣਗੇ ਇਹਨਾਂ ਦੇ ਗਲ ਦੇ ਵਿੱਚ ਬਕਾਇਦਾ ਤੌਰ 'ਤੇ ਪੱਲਾ ਪਾ ਕੇ, ਮਤਲਬ ਜੂਰੀਆ ਪਾ ਕੇ, ਗਲ 'ਚ ਪਰਨਾ ਪਾ ਕੇ ਖੜਾ ਕੀਤਾ ਜਾਊਗਾ, ਇੰਝ ਕਰਕੇ ਹੱਥ ਜੋੜ ਕੇ। ਫਿਰ ਇੱਕ ਇੱਕ ਬੰਦੇ ਨੂੰ ਜਥੇਦਾਰ ਦੱਸੂਗਾ ਵੀ ਤੇਰਾ ਭਾਈ ਆਹ ਕਸੂਰ ਆ, ਤੂੰ ਮੰਨਦਾ? ਉਹ ਕਹੇ ਜੀ ਮੰਨਦਾ ਮੈਂ। ਫਿਰ ਕਹੂਗਾ ਵੀ ਤੈਨੂੰ ਅਕਾਲ ਤਖ਼ਤ ਤੋਂ ਤਨਖਾਹ ਲੱਗੂ, ਕਬੂਲ ਕਰੇਗਾ, ਉਹ ਕਹਿੰਦੀ ਮੈਨੂੰ ਕਬੂਲ ਹੋਏਗੀ, ਉੱਥੇ ਨਾ ਲਬਸ਼ ਨਹੀਂ ਹੋਏਗਾ ਕੋਈ ਵੀ। ਇੱਕ ਇੱਕ ਬੰਦੇ ਨੂੰ ਪਹਿਲਾਂ ਦਾ ਦੋਸ਼ ਦੱਸਿਆ ਜਾਊਗਾ, ਫਿਰ ਉਹਦੇ ਪੁੱਛਿਆ ਜਾਊਗਾ ਵੀ ਤੂੰ ਮੰਨਦਾ ਅਕਾਲ ਤਖ਼ਤ ਦੇ ਹੁਕਮ ਨੂੰ? ਉਹ ਕੋਈ ਮੰਨਦਾ ਵਾ। ਜਿਹੜੀ ਗੱਲ ਤੁਸੀਂ ਕੀਤੀ ਆ ਵੀ ਕਈ ਲੋਕ ਕਹਿੰਦੇ ਵੇਖਣ ਜਾਣਾ, ਵੇਖਣ ਇਕੱਲੇ ਇੰਡੀਆ ਪੰਜਾਬ 'ਚੋਂ ਨਹੀਂ, ਦੁਨੀਆ ਭਰ 'ਚ ਸਿੱਖ ਆ ਰਹੇ ਇਹ ਜਿਹੜੀ ਆ ਬਕਾਇਦਾ ਤੌਰ 'ਤੇ ਨਜ਼ਾਰਾ ਵੇਖਣ ਵਾਸਤੇ ਵੀ ਹੋ ਕੀ ਰਿਹਾ ਉੱਥੇ। ਹੁਣ ਮੈਂ ਇਹ ਵੀ ਦੱਸ ਦਿਆਂ, ਜਿਹੜੀ ਅਕਾਲ ਤਖ਼ਤ ਦੀ ਫਸੀਲ ਆ, ਫਸੀਲ ਉਹ ਆ ਵੀ ਜਿਹੜੀ ਥੜਾ ਬਕਾਇਦਾ ਤੌਰ 'ਤੇ ਗੁਰੂ ਸਾਹਿਬ ਨੇ ਆਪ ਸਾਰਿਆ ਸੀਗਾ, ਉਸ ਫਸੀਲ 'ਤੇ ਸਿਰਫ ਤਖ਼ਤਾਂ ਦੇ ਜਥੇਦਾਰ ਹੀ ਜਾ ਸਕਦੇ ਆ, ਜਾਂ ਜਿਹੜੇ ਬੰਦੇ ਦੀ ਡਿਊਟੀ ਆ ਉੱਥੇ ਉਹ ਜਾ ਸਕਦਾ, ਤੀਸਰਾ ਬੰਦਾ ਕੋਈ ਨਹੀਂ ਵੜ ਸਕਦਾ ਉੱਥੇ, ਉਹ ਮਰਿਆਦਾ ਉਹਦੀ ਹੈਗੀ ਹੈ। ਤਖ਼ਤਾਂ ਦੇ ਜਥੇਦਾਰ ਉੱਤੋਂ ਹੀ ਬਕਾਇਦਾ ਤੌਰ 'ਤੇ ਆਪਣਾ ਹੁਕਮ ਸੁਣਾਉਂਦੇ ਆ, ਤਾਂ ਹੁਕਮ ਨੂੰ ਸੱਤ ਕਹਿ ਕੇ ਮੰਨਿਆ ਜਾਂਦਾ ਵਾ। ਜਦੋਂ ਹੁਕਮ ਸੁਣਾਉਣ ਤੋਂ ਪਹਿਲਾਂ ਜਿਹੜੇ ਉਹ ਖੜ੍ਹੇ ਕੀਤੇ ਹੁੰਦੇ ਬੰਦੇ, ਬਾਕੀ ਸੰਗਤ ਨੂੰ ਆਦੇਸ਼ ਹੁੰਦਾ ਵੀ ਉਹ ਜਿੱਥੇ ਵੀ ਖੜ੍ਹੇ ਉੱਥੇ ਬੈਠ ਜਾਣ, ਤਾਂ ਕਿ ਆਹ ਮੂਰਤੀਆਂ ਚੰਗੀ ਤਰ੍ਹਾਂ ਲੋਕ ਵੇਖ ਲੈਣ ਵੀ ਕਿਹੜੀਆਂ ਕਿਹੜੀਆਂ ਹੈਗੀਆਂ ਨੇ। ਹੁਣ ਉਹ ਤਾਂ ਚਲੋ ਹੋ ਜਾਏਗਾ, ਉਸ ਤੋਂ ਬਾਅਦ ਤਨਖਾਹ ਲਊਗੀ, ਅਤੇ ਮੈਨੂੰ ਉਮੀਦ ਆ ਵੀ ਇਹਨਾਂ ਨੂੰ ਰਾਜਸੀ ਤਨਖਾਹ ਵੀ ਲੱਗੇਗੀ, ਸਮਾਜਿਕ ਤਨਖਾਹ ਵੀ ਲੱਗੇਗੀ, ਧਾਰਮਿਕ ਤਨਖਾਹ ਵੀ ਲੱਗੇਗੀ, ਤਿੰਨੋਂ ਲੱਗਣਗੀਆਂ।
ਇਹਨਾਂ ਦੇ ਨਾਲ ਮੈਂ ਦੂਜੀ ਗੱਲ ਕਰਦੇ ਹਾਂ ਜੀ। ਫਰੀਦਕੋਟ ਤੋਂ ਮੈਂਬਰ ਪਾਰਲੀਮੈਂਟ ਸਰਬਜੀਤ ਸਿੰਘ, ਸ਼ਹੀਦ ਬੇਅੰਤ ਸਿੰਘ ਦਾ ਬੇਟਾ, ਇੱਕ ਉਹ ਅਤੇ ਡਿਬਰੂਗੜ੍ਹ ਜੇਲ੍ਹ ਦੀ 'ਚ ਬੰਦ ਬਕਾਇਦਾ ਤੌਰ 'ਤੇ ਐਮ ਪੀ ਅੰਮ੍ਰਿਤਪਾਲ ਸਿੰਘ, ਉਹਨਾਂ ਦੇ ਬੇਟਾ ਭਾਈ ਤਰਸੇਮ ਸਿੰਘ ਜੀ, ਉਹਨਾਂ ਨੇ ਜਥੇਦਾਰ ਨੂੰ ਇੱਕ ਪੱਤਰ ਦਿੱਤਾ ਵੀ ਅਸੀਂ ਤੁਹਾਡੀ ਫੁੱਲ ਸਪੋਰਟ 'ਤੇ, ਅਸੀਂ ਨਹੀਂ ਪੂਰੀ ਸਿੱਖ ਕੌਮ ਤੁਹਾਡੀ ਪਿੱਠ 'ਤੇ ਖੜ੍ਹੀ ਹੈ, ਇਸ ਵੇਲੇ ਤੁਸੀਂ ਕਿਤੇ ਕੁਤਾਹੀ ਨਾ ਕਰ ਦਿਓ, ਇਹਨਾਂ ਨਾਲ ਕਿਸੇ ਪ੍ਰਕਾਰ ਦੀ ਰਹਿਤ ਨਾ ਕਰ ਦਿਓ, ਮਰਿਆਦਾ ਵਿੱਚ ਰਹਿ ਕੇ ਸਿਧਾਂਤ ਨੂੰ ਪੂਰਾ ਲਾਗੂ ਕਰਿਓ ਤੁਸੀਂ। ਇੱਥੋਂ ਤੱਕ ਭਾਈ ਸਰਬਜੀਤ ਸਿੰਘ ਨੇ ਕਿਹਾ ਵੀ ਜਿਹੜੀਆਂ ਰੈਕੀਆਂ ਬਕਾਇਦਾ ਤੌਰ 'ਤੇ ਵਿਰਸੇ ਬੁਲਟੋਏ ਦੇ ਦੋਸ਼ ਲਾਇਆ ਸੀਗਾ ਭਾਈ ਸਾਡੇ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਨੇ ਵੀ ਮੇਰੇ ਬੱਚਿਆਂ ਦੀ ਰੈਕੀਆਂ ਕੀਤੀਆਂ ਜਾ ਰਹੀਆਂ ਨੇ, ਉਹਦਾ ਵੀ ਖਾਸ ਨੋਟਿਸ ਲਿਆ ਜਾਵੇ, ਕਹਿਣ ਤੋਂ ਭਾਵ ਵੀ ਵਿਰਸਾ ਸਿੰਘ ਬੁਲਟੋਆ ਨੂੰ ਪੰਥੋਂ ਛੇਕਣ ਦੀ ਵੀ ਕਵਾਇਤ ਹੋ ਸਕਦੀ ਹੈ, ਉਹ ਕਰ ਸਕਦੇ ਨੇ, ਕਿਉਂ ਭਾਈ ਅੰਮ੍ਰਿਤਪਾਲ ਸਿੰਘ ਨੇ ਜਿਹੜੀ ਇਹ ਦਿੱਤੀ ਹੈ ਚਿੱਠੀ ਦਿੱਤੀ ਉਹ 'ਚ ਬਕਾਇਦਾ ਤੌਰ 'ਤੇ ਉਹਨਾਂ ਬਾਅਦ 'ਚ ਟੀ ਵੀ ਨਾਲ ਬਕਾਇਦਾ ਗੱਲਬਾਤ ਕਰਦੇ ਇੰਨੀ ਗੱਲ ਕਹੀ ਹੈ ਵੀ ਇਹ ਮਾਮਲਾ ਛੋਟਾ ਨਹੀਂ, ਜੇ ਜਥੇਦਾਰ ਨੂੰ ਕੋਈ ਧਮਕੀ ਦਿੰਦਾ ਤਾਂ ਉਹ ਪੂਰੀ ਸਮੁੱਚੀ ਕੌਮ ਨੂੰ ਦਿੰਦਾ ਵਾ ਕਿ ਉਹ ਕੌਮ ਦਾ ਜਥੇਦਾਰ ਆ, ਇਹ ਕਿਹਨੇ ਅਧਿਕਾਰ ਦਿੱਤਾ ਇਹਨਾਂ ਨੂੰ ਦੇਣ ਦਾ ਜੀ ਇਹੋ ਜਿਹਾ। ਅਤੇ ਮੈਂ ਅੱਗੇ ਵੀ ਕਹਿੰਦਾ ਹੁੰਦਾ ਵੀ ਮੂਰਖ ਦੋਸਤ ਨਾਲੋਂ ਦਾਨਾ ਦੁਸ਼ਮਣ ਚੰਗਾ, ਇਹ ਮੂਰਖ ਦੋਸਤ ਆ ਸੁਖਬੀਰ ਸਿੰਘ ਬਾਦਲ ਦਾ, ਜੇ ਕਿਤੇ ਇਹੋ ਜਿਹੀਆਂ ਗਲਤੀਆਂ ਨਾ ਕਰਦਾ ਤਾਂ ਮਾਮਲਾ ਸ਼ਾਇਦ ਇੰਨਾ ਨਾ ਉਲਝਦਾ, ਅਸੀਂ ਕਹਿੰਦੇ ਉਲਝਾ ਤਾ ਅਤੇ ਚੰਗਾ ਕੀਤਾ, ਸੱਚਾਈ ਵੀ ਸਾਹਮਣੇ ਆ ਗਈ ਆ ਅਤੇ ਲੋਕ ਵੀ ਵੇਖਣਗੇ ਵੀ ਤਨਖਾਹ ਕਿਵੇਂ ਲੱਗਦੀ ਇਹਨਾਂ ਨੂੰ। ਅਗਲੀ ਗੱਲ ਜਿਹੜੀ ਮਹੱਤਵਪੂਰਨ ਆ, ਤੁਹਾਨੂੰ ਇਸ ਗੱਲ ਦਾ ਪਤਾ ਹੋਏਗਾ ਕਿ ਜਦੋਂ ਓਬਜੈਕਟਿਵ ਜਿਹੜੀ 2015 ਵਾਲੀ ਸੀਗੀ, ਇਹ ਓਬਜੈਕਟਿਵ 2010 ਦੇ ਵਿੱਚ ਚੁਣੀ ਗਈ ਸੀ ਜਦੋਂ ਸੁਪਰੀਮ ਕੋਰਟ ਦੇ ਫੈਸਲਾ ਆਉਂਦਾ ਵਾ ਅਤੇ ਸੁਪਰੀਮ ਕੋਰਟ ਜਾਂਦੇ ਆ ਸਹਿਜਧਾਰੀ ਦੇ ਮਾਮਲੇ ਦੇ ਵਿੱਚ, ਸੁਪਰੀਮ ਕੋਰਟ ਦੇ ਵਿੱਚ ਜਾਂਦੇ ਨੇ ਵੀ ਇਹ ਗੱਲ ਕਹਿੰਦੇ ਵੀ ਸਾਨੂੰ ਵੇਖੋ ਜੀ ਆਪਣੇ ਕੰਮ ਕਾਰ ਕਰਨ ਵਾਸਤੇ ਇਜਾਜ਼ਤ ਦਿੱਤੀ ਜਾਵੇ ਜ਼ਰੂਰੀ ਕੰਮ ਕਾਰ ਕਰਨ ਵਾਸਤੇ। ਸੁਪਰੀਮ ਕੋਰਟ ਫਿਰ ਉਹਦਾ ਚੇਅਰਮੈਨ ਜਿਹੜਾ ਪ੍ਰਧਾਨ, ਉਹ ਪ੍ਰਧਾਨ ਨਹੀਂ ਅਵਤਾਰ ਸਿੰਘ ਮੱਕੜ ਬਕਾਇਦਾ ਤੌਰ 'ਤੇ ਚੇਅਰਮੈਨ ਲੱਗ ਜਾਂਦਾ ਵਾ, ਬਾਕੀ 14 ਮੈਂਬਰ ਉਹ ਕਮੇਟੀ ਦੇ ਮੈਂਬਰ ਹੁੰਦੇ ਆ, ਲੇਕਿਨ ਇਹ ਲਿਖਦੇ ਰਹੇ ਜੀ ਆ ਜੂਨੀਅਰ ਮੀਤ ਪ੍ਰਧਾਨ ਸੀ ਜੋ ਉਹ ਖਤਮ ਕਰਤੇ ਸੀ ਸੁਪਰੀਮ ਕੋਰਟ ਨੇ, ਲੇਕਿਨ ਉਹਦੇ ਵਿੱਚ 2 ਮੈਂਬਰ ਸੀਗੇ ਜਦੋਂ 2010 ਵਾਲੀ ਉਹ ਕਮੇਟੀ ਚੱਲਦੀ ਆ ਕਿ ਮੁੜ ਕੇ ਚੋਣ ਤਾਂ ਹੁੰਦੀ ਨਹੀਂ, ਜਿਹੜੀ ਚੋਣ 11 'ਚ ਹੋਈ ਸੀ ਉੱਤੇ ਰੋਕ ਲੱਗ ਜਾਂਦੀ ਦਸੰਬਰ ਦੇ ਵਿੱਚ, 2010 ਜਿਹੜੀ ਚੁਣੀ ਗਈ ਸੀ ਓਬਜੈਕਟਿਵ ਕਮੇਟੀ ਉਹੀ 16 ਤੱਕ ਚੱਲਦੀ ਹੈ, 2015 ਦੇ ਵਿੱਚ ਜਦੋਂ ਇਹ ਮਤਾ ਪਾਸ ਕੀਤਾ ਜਾਂਦਾ ਵਾ ਓਬਜੈਕਟਿਵ ਦੇ ਵਿੱਚ ਬਕਾਇਦਾ ਤੌਰ 'ਤੇ ਵੀ ਸੌਦਾ ਸਾਹਿਬ ਨੂੰ ਦਿੱਤੀ ਗਈ ਮਾਫ਼ੀ, ਉਹਦੇ ਬਕਾਇਦਾ ਤੌਰ 'ਤੇ ਮਾਫ਼ੀ ਨੂੰ ਜਸਟੀਫਾਈ ਕਰਨ ਵਾਸਤੇ ਇਸ਼ਤਿਹਾਰ ਦਿੱਤੇ ਜਾਣ, ਜਦੋਂ ਇਸ਼ਤਿਹਾਰ ਦੇਣ ਦੀ ਗੱਲ ਕੀਤੀ ਜਾਂਦੀ ਆ ਤਾਂ 2 ਬੰਦੇ ਆਪਣਾ ਡੀਸੈਂਟ ਨੋਟ ਦਿੰਦੇ ਆ ਕਿ ਅਸੀਂ ਸਹਿਮਤ ਨਹੀਂ, ਉਹਦੇ ਵਿੱਚ ਸੁਖਦੇਵ ਸਿੰਘ ਭੌਰ ਅਤੇ ਕਰਨੈਲ ਸਿੰਘ ਪੰਜੋਦੀ ਹੁੰਦੇ ਆ। ਚਾਹੀਦਾ ਇਹ ਸੀ ਵੀ ਕੱਲ੍ਹ 2 ਤਰੀਕ ਨੂੰ ਆ ਕੇ ਇਹ ਦੋਵੇਂ ਮੈਂਬਰ ਆਪਣਾ ਪੱਖ ਵੀ ਰੱਖਦੇ ਉੱਥੇ, ਕਹਿੰਦੇ ਵੀ ਅਸੀਂ ਆਹ ਡੀਸੈਂਟ ਨੋਟ ਦਿੱਤਾ ਸੀ, ਕੱਢੋ ਵਿਖਾਓ ਕਿੱਥੇ ਕੀ ਕੀਤਾ ਇਹਨਾਂ ਨੇ, ਇਹਨਾਂ ਕਿਉਂ ਕੀਤੀ, ਇਹਨਾਂ ਉਹ ਸਰਬਸੰਮਤੀ ਦਾ ਨਹੀਂ ਪਾਸ ਕੀਤਾ ਗਿਆ, ਬਹੁਤ ਸੰਮਤੀ ਦਾ ਪਾਸ ਕੀਤਾ ਗਿਆ। 2 ਮੈਂਬਰ ਇਹ ਨਿਕਲ ਗਏ, 1 ਮੈਂਬਰ ਬਕਾਇਦਾ ਤੌਰ 'ਤੇ ਪ੍ਰਧਾਨ ਨਿਕਲ ਗਿਆ, ਬਾਕੀ 12 ਰਹਿ ਗਏ।
ਇੱਕ ਚੀਫ ਸੈਕਟਰੀ ਸੀ ਚਰਨ ਸਿੰਘ ਸੀ, ਉਹਦੀ ਵੀ ਡੈਥ ਹੋ ਚੁੱਕੀ ਹੈ, ਪ੍ਰਧਾਨ ਦੀ ਵੀ ਡੈਥ ਹੋ ਚੁੱਕੀ ਹੈ। ਹੁਣ ਇਹ 12 ਮੈਂਬਰ ਜਿਹੜੇ ਆ ਇਹ ਬਕਾਇਦਾ ਤੌਰ 'ਤੇ ਗੱਲ 'ਚ ਪੱਲੂ ਪਾ ਕੇ ਖੜ੍ਹੇ ਹੋਣਗੇ ਵੀ ਅਸੀਂ ਗਲਤੀ ਕੀਤੀ, ਮੰਨਣਗੇ ਆਪਣੇ ਵੀ ਅਸੀਂ 92 ਲੱਖ ਰੁਪਈਆ ਬਕਾਇਦਾ ਤੌਰ 'ਤੇ ਬਰਬਾਦ ਕੀਤਾ SCPC ਦਾ। ਮੈਂ ਇਹ ਵੀ ਦੱਸਦਿਆਂ ਇੱਥੋਂ ਤੱਕ ਵਧੀਕੀਆਂ ਕੀਤੀਆਂ ਗਈਆਂ ਵੀ ਕੁਛ ਇਸ਼ਤਿਹਾਰ ਜਿਹੜੇ ਸ਼੍ਰੋਮਣੀ ਕਮੇਟੀ ਨੇ ਦਿੱਤੇ ਸੀਗੇ ਅਤੇ ਕੁਛ ਇਸ਼ਤਿਹਾਰ ਡਾਕਟਰ ਦਲਜੀਤ ਸਿੰਘ ਚੀਮਾ ਨੇ ਚੰਡੀਗੜ੍ਹ ਦਫ਼ਤਰ ਤੋਂ ਸਿੱਧੇ ਦਿੱਤੇ ਸੀਗੇ, ਲੇਕਿਨ ਉਹਦੀ ਪੇਮੈਂਟ ਸ਼੍ਰੋਮਣੀ ਕਮੇਟੀ ਨੇ ਕੀਤੀ ਸੀਗੀ। ਜਦੋਂ ਉਹ ਬਿੱਲ ਇੱਥੇ ਆਏ ਸੀ ਤੇ ਕੋਈ ਵੀ ਸੈਕਟਰੀ ਉੱਤੇ ਸਾਈਨ ਕਰਨ ਲਈ ਤਿਆਰ ਨਹੀਂ ਸੀਗਾ, ਜਿਹੜੇ ਨੇ ਕੀਤਾ ਉਹ ਫਸੂਗਾ ਕਿ ਅਸੀਂ ਤਾਂ ਇਸੇ ਦਿੱਤੇ ਹੀ ਨਹੀਂ ਬਿੱਲ ਪਾਸ ਕਰੀਏ। ਫਿਰ ਤੁਹਾਨੂੰ ਪਤਾ ਬਾਦਲਾਂ ਦਾ ਸਿੱਕਾ ਚੱਲਦਾ ਸੀ, ਇਹਨਾਂ ਫਿਰ ਧੱਕੇ ਨਾਲ ਬਿੱਲ ਪਾਸ ਕਰਾਏ ਸੀ ਉੱਥੋਂ। ਇਹ ਗੱਲਾਂ ਸਾਰੀਆਂ ਸਾਹਮਣੇ ਆਉਣੀਆਂ ਚਾਹੀਦੀਆਂ ਵਾ, ਉਹਨਾਂ ਸੈਕਟਰੀ ਨੂੰ ਆ ਕੇ ਸਾਹਮਣੇ ਗੱਲਾਂ ਕਹਿਣੀਆਂ ਚਾਹੀਦੀਆਂ ਵੀ ਹਾਂ ਅਸੀਂ ਸੀ, ਸਾਡੇ ਤੇ ਦਬਾਅ ਪਾਇਆ ਗਿਆ ਸੀ ਪਰ ਅਸੀਂ ਬਿੱਲ ਪਾਸ ਕਰਨ ਲਈ ਤਿਆਰ ਨਹੀਂ ਸੀਗੇ ਜੀ। ਜੀ ਇਹਦੇ ਵਿੱਚ ਹੁਣ ਜਿਹੜੀ ਹੈਗੀ ਹੈ ਕਿ ਇੱਕ ਇੱਕ ਦਾ ਦੋਸ਼ ਸੁਣਾਇਆ ਜਾਏਗਾ, ਪਰ ਇੱਥੇ ਮੈਂ ਦੱਸਣਾ ਚਾਹੁੰਦਾ ਕਿ ਸੁਖਦੇਵ ਸਿੰਘ ਢੀਂਡਸਾ ਤੇ ਉਹਨਾਂ ਦਾ ਬੇਟਾ ਪਰਮਿੰਦਰ ਸਿੰਘ ਜਿਹੜਾ ਕਿ 2 ਵਾਰੀ ਬਾਦਲ ਦੀ ਮਿਨਿਸਟਰੀ 'ਚ ਮਿਨਿਸਟਰ ਵੀ ਰਿਹਾ, ਹੁਣ ਇਹ ਦੋਨੋਂ ਲੀਡਰ ਸੁਧਾਰ ਲਹਿਰ ਦੇ ਲੀਡਰ ਉਹਦਾ ਹਿੱਸਾ ਬਣ ਗਏ। ਇਹ ਲੀਡਰ ਉੱਪਰ ਅਕਾਲ ਤਖ਼ਤ ਸਾਹਿਬ ਤੇ ਜਿਹੜੀ ਦਿੱਤੀ ਗਈ ਹੈ ਚਾਰਜ ਸ਼ੀਟ ਸੁਖਬੀਰ ਬਾਦਲ ਤਨਖਾਹੀਏ ਬਾਰੇ ਉਸ ਸਮੇਂ ਵੀ ਹਾਜ਼ਰ ਸੀ, ਦਸਖਤ ਵੀ ਹੈ ਉਹਨਾਂ ਦੇ, ਇਹਨਾਂ ਉੱਪਰ ਤੇ ਬਹੁਤ ਸੰਗੀਨ ਦੋਸ਼ ਹੈ ਕਿ ਇਹਨਾਂ ਨੇ ਅਜ਼ਾਰ ਆਲਮ ਜੋ SSP ਹੁੰਦਾ ਸੀ ਅੰਮ੍ਰਿਤਸਰ ਦਾ, ਤੁਸੀਂ ਬੜੇ ਤੋਂ ਚੰਗੀ ਤਰ੍ਹਾਂ ਵਾਕਫ ਹੋ ਕਿ ਉਸਨੇ ਆਲਮ ਸੈਨਾ ਬਣਾਈ ਸੀ ਜਿਸ ਵਿੱਚ ਉਸਨੇ ਗੈਂਗਸਟਰ ਗੁੰਡੇ ਬਦਮਾਸ਼ ਤੇ ਕੁਝ ਪੁਲਿਸ ਵਾਲੇ ਵੀ ਭਰਤੀ ਕੀਤੇ ਹੋਏ ਸੀ। ਇਸ ਸੈਨਾ ਦਾ ਕੰਮ ਜਿਹੜਾ ਸੀ ਸਿੱਖਾਂ ਦੇ ਨੌਜਵਾਨ ਬੱਚਿਆਂ ਨੂੰ ਨੌਜਵਾਨਾਂ ਨੂੰ ਫੇਕ ਇਨਕਾਊਂਟਰਾਂ ਚ ਮਾਰਨਾ ਤੇ ਨਾ ਲੱਗਦੇ ਸੀ ਜੀ ਕਿ ਉਹਨਾਂ ਨੂੰ ਕੋਈ ਅਣਪਛਾਤੇ ਲੋਕ ਮਾਰ ਗਏ। ਉਸ ਨੂੰ ਜਦੋਂ ਪਾਰਟੀ ਵਿੱਚ ਲਿਆ, ਦੋਸ਼ ਇਹ ਨਹੀਂ ਸਿਰਫ ਕਿ ਵੀ ਉਹਨੂੰ ਉਹਨਾਂ ਨੇ ਪਦਵੀ ਦਿੱਤੀ ਹੈ, ਵਕਫ ਬੋਰਡ ਦਾ ਚੇਅਰਮੈਨ ਲਾਇਆ, ਉਹਦੀ ਬੀਵੀ ਨੂੰ ਅਕਾਲੀ ਦਲ ਚ ਸ਼ਾਮਿਲ ਕੀਤਾ, ਮੈਂਬਰ ਬਣਾਇਆ, ਮੈਂਬਰ ਬਣਾ ਕੇ ਉਹਨੂੰ ਮਲੇਰਕੋਟਲੇ ਤੋਂ ਟਿਕਟ ਵੀ ਦਿੱਤੀ ਹੈ। ਦੋਸ਼ ਇਹ ਬਾਅਦ ਵਿੱਚ ਬਣਦੇ, ਪਹਿਲਾ ਦੋਸ਼ ਇਹਨਾਂ ਪਿਓ ਪੁੱਤ ਤੇ ਬਣਦਾ ਹੈ ਕਿ ਇਹਨਾਂ ਨੇ ਦਾਖਲ ਕਰਵਾਇਆ ਅਜ਼ਹਰ ਆਲਮ ਨੂੰ ਅਕਾਲੀ ਦਲ ਚ, ਔਰ ਇਹਨਾਂ ਦੀਆਂ ਜੱਫੀ ਬਾਈ ਦੀਆਂ ਫੋਟੋਆਂ ਉਹਦੇ ਵਿੱਚ, ਪ੍ਰਕਾਸ਼ ਸਿੰਘ ਬਾਦਲ ਵੀ, ਅਜ਼ਹਰ ਆਲਮ ਵੀ ਹੈ ਉਹਦੇ ਨਾਲ, ਸੁਖਦੇਵ ਸਿੰਘ ਢੀਂਡਸਾ ਵੀ ਖੜੇ, ਔਰ ਪਰਮਿੰਦਰ ਸਿੰਘ ਨੇ ਕਬੂਲ ਵੀ ਕੀਤਾ ਵੀ ਇਹ ਸਾਡੇ ਕਾਰਨ ਹੋਇਆ। ਸੋ ਇਹਨਾਂ ਦੀ ਜੋ ਸਜ਼ਾ ਬਣਦੀ ਹੈ ਉਹ ਕੀ ਨਖੇੜੇ ਜਾਣਗੇ ਤੇ ਦੱਸਿਆ ਜਾਊਗਾ। ਜਿਹੜੀ ਗੱਲ ਤੁਸੀਂ ਕੀਤੀ ਆ ਜੀ, ਮੈਂ ਥੋੜੇ ਜਿਹੇ ਪਿਛੋਕੜ ਤੁਹਾਨੂੰ ਲੈ ਚੱਲਾਂ। ਮੋਗੇ ਦੇ ਰੀਜਨ ਸਿਨੇਮੇ ਦੇ ਵਿੱਚ ਬਕਾਇਦਾ ਤੌਰ 'ਤੇ ਮੁੰਡਿਆਂ ਦੀ ਜੇ ਮੁੰਡਿਆਂ 'ਤੇ ਗੋਲੀ ਚੱਲਦੀ ਹੈ,
ਉਹਨਾਂ ਨਾਲ ਟਿਕਟਾਂ ਤੋਂ ਝਗੜਾ ਸੀਗਾ ਰੀਜਨ ਸਿਮੇ ਨਾਲ ਕਿ ਮੁੰਡਿਆਂ ਦਾ, ਕਾਲਜੀਟ ਮੁੰਡਿਆਂ ਦਾ, ਅਤੇ ਉੱਥੇ ਗੋਲੀ ਚੱਲ ਜਾਂਦੀ ਹੈ ਅਤੇ ਦੋ ਮੁੰਡੇ ਮਰ ਜਾਂਦੇ ਨੇ। ਇੱਕ ਮੁੰਡਾ ਜਿਹੜਾ ਹੁੰਦਾ ਵਾ ਉਹ ਹਰਜੀਤ ਸਿੰਘ ਚੜਿੱਕ ਹੁੰਦਾ, ਚੜਿੱਕ ਪਿੰਡ ਦਾ, ਉਹ ਮਾਰਿਆ ਜਾਂਦਾ। ਅਤੇ ਉਹਦੇ ਮਾਰੇ ਜਾਣ ਦੇ ਭੋਗ ਦੇ ਉੱਤੇ ਸਰਦਾਰ ਪ੍ਰਕਾਸ਼ ਸਿੰਘ ਉਹਦੇ ਬਕਾਇਦਾ ਤੌਰ 'ਤੇ ਭੁਗਤੇ ਜਾਂਦੇ ਆ ਅਤੇ ਅਨਾਊਂਸ ਕਰਕੇ ਆਉਂਦੇ ਆ ਵੀ ਕੱਲ੍ਹ ਨੂੰ ਸਾਡੀ ਸਰਕਾਰ ਬਣੀ ਅਤੇ ਅਸੀਂ ਬਕਾਇਦਾ ਤੌਰ 'ਤੇ ਜਿਹੜੇ ਆਹ ਜਿਹੜਾ ਇੰਸਪੈਕਟਰ ਦਰਸ਼ਨਜੀਤ ਸਿੰਘ ਆ ਇਹਦੇ ਖਿਲਾਫ਼ ਸਖ਼ਤ ਕਾਰਵਾਈ ਕਰਾਂਗੇ। ਕਾਰਵਾਈ ਨਹੀਂ, ਇਹਦੇ ਖਿਲਾਫ਼ 302 ਦਾ ਮੁਕੱਦਮਾ ਦਰਜ ਕਰਕੇ ਇਹਨੂੰ ਜੇਲ੍ਹ ਭੇਜਿਆ ਜਾਵੇਗਾ। ਹੁੰਦਾ ਕੀ ਆ, ਜਦੋਂ ਬਾਦਲ ਸਰਕਾਰ ਬਣਦੀ ਆ ਤੇ ਉਸ ਇੰਸਪੈਕਟਰ ਨੂੰ ਬਕਾਇਦਾ ਤੌਰ ਤੇ ਪ੍ਰਮੋਟ ਕਰਕੇ DSP ਬਣਾਇਆ ਜਾਂਦਾ ਵਾ। ਉਹ ਕੀ ਬਾਤ, ਮਿਹਰਬਾਨੀ। ਤੇ ਜਿਹੜਾ ਉਹਦਾ ਜੰਗੀਰ ਸਿੰਘ ਸੂਬੇਦਾਰ, ਰਿਟਾਇਰਡ ਸੂਬੇਦਾਰ ਸੀ ਉਹਦਾ ਫਾਦਰ, ਉਹ ਜਦੋਂ ਵੀ ਕੋਈ ਮੰਚ ਵਿਦਿਆਰਥੀਆਂ ਲੱਗਾ ਹੁੰਦਾ ਸੀ ਉੱਥੇ ਜਾ ਕੇ ਬੋਲਦਾ ਸੀਗਾ। ਉਹ ਲਫ਼ਜ਼ ਕੀ ਕਹਿੰਦਾ ਸੀ, ਕਹਿੰਦਾ ਜਿਹੜੇ ਅਕਾਲੀ ਸੀ ਉਹ ਅਕਾਲ ਤਖ਼ਤ ਤੋਂ ਅਕਾਲੀ ਦਲ ਬਣਿਆ ਸੀ ਅਤੇ ਉਹ ਅਕਾਲ ਦੇ ਬੰਦੇ ਕਹਿ ਜਾਂਦੇ ਸੀ, ਰੱਬ ਦੇ ਬੰਦੇ ਕਹਿ ਜਾਂਦੇ ਸੀਗੇ। ਜਿਹੜੇ ਇਹ ਬਾਦਲ ਕੇ ਨਾ, ਇਹ ਅਕਾਲੀ ਨਹੀਂ, ਇਹ ਅਕਾਲੀ ਨੇ ਲੋਕਾਂ ਦਾ ਕਾਲ ਲਿਆਉਣ ਵਾਲੇ, ਇਹ ਸ਼ਬਦ ਹੁੰਦੇ ਸੀ ਉਹਦੇ। ਜਿਹੜੀ ਗੱਲ ਤੁਸੀਂ ਕੀਤੀ ਆ, ਉਹਨੇ ਫਿਰ ਇੰਨੀ ਗੱਲ ਕਹੀ ਵੀ ਜਿਹੜਾ ਗਿਆਨੀ ਸਰਕਾਰ ਸੀਗੀ ਉਸ ਸਰਕਾਰ ਨੇ ਉਹਨੂੰ ਕਤਲ ਮਾਫ਼ ਕੀਤਾ ਅਤੇ ਅਕਾਲੀਆਂ ਨੇ ਆ ਕੇ ਉਹਨੂੰ ਪ੍ਰਮੋਟ ਕੀਤਾ। ਹਾਂਜੀ, ਉਹ ਕਹਿੰਦਾ ਅਕਾਲੀ, ਵਾਕਈ ਇਹ ਜਿਹੜੇ ਹੁਣ ਜਿਹੜੇ ਪੇਸ਼ ਹੋਣੇ ਇਹ ਅਕਾਲੀ ਨਹੀਂ, ਇਹ ਅਕਾਲ ਤਖ਼ਤ ਦੀ ਜਿਹੜੀ ਮਰਿਆਦਾ ਉਹਨੂੰ ਪ੍ਰਣਾਲੀ ਨਹੀਂ, ਇਹ ਕਾਲ ਲਿਆਉਣ ਵਾਲੇ ਅਕਾਲੀ ਨੇ, ਕੱਕੇ ਕਹਿੰਦਾ ਲੱਲੀ ਬਿਹਾਰੀ ਅਕਾਲੀ ਨੇ। ਹੁਣ ਜਿਹੜੀ ਗੱਲ ਤੁਸੀਂ ਕੀਤੀ ਆ ਇਹ 'ਚ ਕੋਈ ਸ਼ੱਕ ਵਾਲੀ ਗੱਲ ਨਹੀਂ, ਔਰ ਅਸੀਂ ਇਹ ਕਹਿੰਦੇ ਵੀ ਵਿਰਸਾ ਸਿੰਘ ਵਲਟੋਆ ਨੇ ਬਕਾਇਦਾ ਤੌਰ 'ਤੇ ਗੱਲ ਕਹੀ ਆ। ਉਹ ਕਹਿੰਦਾ ਜੀ ਮੈਂ ਵਿਰੋਧ ਕੀਤਾ ਸੀ ਇਸ ਗੱਲ ਦਾ ਵੀ ਤੁਸੀਂ ਇਹਨੂੰ ਇਜ਼ਹਾਰ ਆਲਮ ਨੂੰ ਪਾਰਟੀ ਸ਼ਾਮਲ ਨਾ ਕਰੋ, ਬਕਾਇਦਾ ਤੌਰ 'ਤੇ ਇਹਨੂੰ ਟਿਕਟ ਨਾ ਦਿਓ, ਇਜ਼ਹਾਰ ਆਲਮ ਨੂੰ ਸ਼੍ਰੋਮਣੀ ਅਕਾਲੀ ਦਲ ਬਾਦਲ ਦਾ ਸੀਨੀਅਰ ਮੀਤ ਪ੍ਰਧਾਨ ਬਣਾਇਆ ਗਿਆ ਸੀ। ਓਹੋ, ਕਮਾਲ, ਕੀ ਬਾਤਾਂ ਨੇ, ਮਿਹਰਬਾਨ ਹੈ। ਦਿੱਤੀ ਗਈ ਸੀ ਟਿਕਟ ਵੀ ਦਿੱਤੀ ਗਈ ਸੀ, ਜਦੋਂ ਫਿਰ ਸੰਗਤਾਂ ਨੇ ਰੌਲਾ ਪਾਇਆ ਤੇ ਉਹਦੀ ਘਰਵਾਲੀ ਦਿੱਤੀ ਗਈ, ਉਹਦੀ ਘਰਵਾਲੀ ਦਾ ਨਾਂ ਵੀ ਬਦਲਿਆ ਗਿਆ, ਉੱਥੇ ਉਹਦਾ ਨਾਂ ਅਫਸਾਨਾ ਰੱਖਿਆ ਗਿਆ, ਪਹਿਲਾਂ ਨਾਂ ਕੁਛ ਹੋਰ ਸੀ ਉਹਦਾ, ਟਿਕਟ ਉਹਨੂੰ ਦਿੱਤੀ ਗਈ, ਨਾਂ ਵੀ ਬਦਲਿਆ ਗਿਆ। ਲੇਕਿਨ ਕਿਸੇ ਨੇ ਵੀ ਇਜ਼ਹਾਰ ਆਲਮ ਨੂੰ ਸ਼੍ਰੋਮਣੀ ਅਕਾਲੀ ਦਲ ਦੀ ਸੀਨੀਅਰ ਮੀਤ ਪ੍ਰਧਾਨੀ ਤੋਂ ਬਰਖਾਸਤ ਨਹੀਂ ਕੀਤਾ। ਵਿਰਸਾ ਸਿੰਘ ਮਟੋਆ ਕਹਿੰਦਾ, ਹੁਣ ਤੁਸੀਂ ਕਹਿੰਦੇ ਹੋ ਸੁਧਾਰ ਲੈਣ ਦੇ, ਮੈਂ ਇਹਨਾਂ ਨੂੰ ਬਾਗੀ ਅਤੇ ਦਾਗੀ ਕਹਿੰਦਾ, ਇਹ ਬਾਗੀ ਨੇ ਅਤੇ ਸੁਖਬੀਰ ਹੋਰੀ ਦਾਗੀ ਨੇ। ਇਹ ਬਾਗੀਆਂ ਬਾਰੇ ਉਹ ਇਹ ਗੱਲ ਕਹਿੰਦਾ ਵੀ ਸਾਨੂੰ ਬਕਾਇਦਾ ਤੌਰ 'ਤੇ ਸੁਖਦੇਵ ਸਿੰਘ ਢੀਂਡਸਾ ਨੇ ਕਿਹਾ ਵੀ ਨਹੀਂ ਵਲਟੋਆ ਸਾਹਿਬ ਆਪਾਂ ਇਹਨਾਂ ਦੀ ਮਦਦ ਕਰ ਰਹੇ, ਇਹਨੂੰ ਜਿਤਾਉਣਾ ਆਪਾਂ ਨੂੰ ਗਾਂ MP ਦੀ ਚੋਣਾਂ 'ਚ ਵੋਟਾਂ ਦੀ ਲੋੜ ਪੈਣੀ ਇਹਨਾਂ ਦੀ, ਮਤਲਬ ਵੋਟਾਂ ਦੀ ਖਾਤਰ ਤੁਹਾਡਾ ਪੰਥ ਕੀ ਸਭ ਕੁਛ ਦਾਅ 'ਤੇ ਲਾ ਦਿੰਦੇ ਸੀ। ਅਤੇ ਅੱਜ ਕਹਿੰਦੇ ਸਾਡੇ ਵੱਲੋਂ ਪੰਥਕ ਵੱਡਾ ਕੋਈ ਨਹੀਂ ਹੈਗਾ, ਅਸੀਂ ਪੰਥ ਹਾਂ, ਕਾਹਦੇ ਪੰਥ ਹੋ ਤੁਸੀਂ। ਦੂਸਰੀ ਚੀਜ਼ ਜਿਹੜੀ ਤੁਸੀਂ ਗੱਲ ਕੀਤੀ ਆ, ਉਹ ਮਾਮਲਾ ਅਜੇ ਤੱਕ ਅਕਾਲ ਤਖ਼ਤ 'ਤੇ ਪੁੱਜਾ ਨਹੀਂ, ਜਦੋਂ ਉਹ ਪੁੱਜੂਗਾ ਉਹਦੇ 'ਤੇ ਵੱਖਰੀ ਸੁਣਵਾਈ ਹੋਊਗੀ ਬਕਾਇਦਾ ਤੌਰ 'ਤੇ। ਕਿ ਉਹ ਸੁਖਬੀਰ ਬਾਦਲ ਨੂੰ ਜਾਂ ਵਿਰਸੇ ਵਲਟੋਏ ਨੂੰ ਚਾਹੀਦਾ ਸੀ ਵੀ ਉਹ ਲਿਖ ਕੇ ਦਿੰਦੇ ਵੀ ਜੇ ਅਸੀਂ ਦਾਗੀਏ ਤਾਂ ਘਾਟੇ ਵੀ ਨਹੀਂ, ਘਾਟੇ ਵੀ ਨਹੀਂ।
ਇਹਨਾਂ ਦੋਵਾਂ ਪਿਓ ਪੁੱਤਾਂ ਨੂੰ ਐਸ ਕੇਸ ਤਲਬ ਕੀਤਾ ਜਾਵੇ ਕੱਲ ਤੱਕ, ਤੇ ਕਿਸੇ ਨੇ ਕਹਿ ਨਹੀਂ ਦਿੱਤਾ ਉੱਥੇ। ਠੀਕ ਹੈ, ਇਸ ਕਰਕੇ ਉਹ ਮਾਮਲਾ ਉੱਥੇ ਨਹੀਂ ਵਿਚਾਰਿਆ ਜਾਏਗਾ। ਜਦੋਂ ਕਿਤੇ ਉਹਦੀ ਵੱਖਰੀ ਕੋਈ ਨਾ ਕੋਈ ਉੱਥੇ ਆਊਗੀ, ਲੈਟਰ ਆਊਗੀ, ਤੇ ਉਹਦੇ ਮਾਮਲੇ 'ਤੇ ਫਿਰ ਵਿਚਾਰ ਚਰਚਾ ਆਊਗੀ, ਤੇ ਫਿਰ ਮਰਿਆਦਾ ਅਨੁਸਾਰ, ਮਰਿਆਦਾ ਬਦਲੀ ਜਾ ਸਕਦੀ ਹੈ, ਸਿਧਾਂਤ ਨਹੀਂ ਬਦਲਿਆ ਜਾ ਸਕਦਾ। ਮਰਿਆਦਾ ਅਨੁਸਾਰ ਤੇ ਸਿਧਾਂਤ ਨੂੰ ਮੁੱਖ ਰੱਖ ਕੇ ਬਕਾਇਦਾ ਤੌਰ 'ਤੇ ਇਹਨਾਂ ਨੂੰ 2 ਤਰੀਕ ਨੂੰ ਤਨਖਾਹ ਲਾਈ ਜਾਊਗੀ। ਤਨਖਾਹ ਜਿਹੜੀ ਰਾਸ਼ਟਰੀ ਵੀ ਲੱਗੇਗੀ, ਧਾਰਮਿਕ ਵੀ ਲੱਗੇਗੀ, ਸਮਾਜਿਕ ਵੀ ਲੱਗੇਗੀ ਜੀ। ਅੱਛਾ, ਇੱਕ ਬੜਾ ਸਵਾਲ ਹੈ, ਮਹੱਤਵਪੂਰਨ ਹੈ, ਕਿ ਪਹਿਲੇ ਤਾਂ ਜਥੇਦਾਰ ਸਾਹਿਬ ਕਹਿ ਰਹੇ ਸੀ ਵੀ ਅਸੀਂ ਸਿੱਖ ਸੰਸਥਾਵਾਂ ਨੂੰ ਬੁਲਾਵਾਂਗੇ, ਨਿਹੰਗ ਸਿੰਘਾਂ ਦੀਆਂ, ਸਿੰਘ ਸਭਾ, ਹੋਰ। ਹੁਣ ਇਹ ਇੱਕਦਮ ਕਿਉਂ ਬਦਲਿਆ ਗਿਆ ਫੈਸਲਾ, ਕਿ ਵੀ ਕੀ ਉਹ ਸੁਖਬੀਰ ਬਾਦਲ ਦਾ ਕੇਸ ਜਲਦੀ ਨਿਪਟਾਉਣਾ ਚਾਹੁੰਦੇ ਆ ਤਾਂ ਕੀਤਾ ਗਿਆ, ਜਾਂ ਕੀ ਕਾਰਨ ਕੀ ਹੈ, ਇਹਦੇ ਪਿੱਛੇ ਪੋਲੀਟਿਕਸ ਕੀ ਹੈ, ਕਿ ਇਹ ਜਿਹੜੇ ਮਿਲਦੇ ਸੀਗੇ 3 ਬੰਦੇ, ਬਲਵਿੰਦਰ ਸਿੰਘ ਭੂੰਦੜ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਅਰਜਿੰਦਰ ਸਿੰਘ ਧਾਮੀ, ਦਲਜੀਤ ਸਿੰਘ ਚੀਮਾ, ਕੀ ਇਹਨਾਂ ਦੀਆਂ ਵੀ ਕਈ ਗੱਲਾਂ ਮੰਨੀਆਂ ਗਈਆਂ ਵੀ ਐਂ ਕਰ ਲਓ ਐਂ ਕਰ ਲਓ? ਇੱਕ ਗੱਲ। ਦੂਜਾ, ਇਹ ਅਚਨਚੇਤੀ ਜੋ ਸਾਰਿਆਂ ਨੂੰ ਬੁਲਾਇਆ ਗਿਆ, ਔਰ ਉਹਦੇ ਵਿੱਚ ਜਿਹੜੀ ਸਭ ਤੋਂ ਮਹੱਤਵਪੂਰਨ ਗੱਲ ਕੀਤੀ ਹੈ ਜਥੇਦਾਰ ਸਾਹਿਬ ਨੇ, ਕਿ 2015 ਦੀ ਐਗਜ਼ੈਕਟਿਵ ਕਮੇਟੀ ਦੇ ਮੈਂਬਰ ਵੀ ਬਦਲੇ SGPC ਦੇ, ਉਸ ਸਮੇਂ ਜੋ ਚੇਅਰਮੈਨ ਸੀ ਐਗਜ਼ੈਕਟਿਵ ਕਮੇਟੀ ਦਾ, ਉਹ ਰਘੂਜੀਤ ਸਿੰਘ ਵਿਰਕ, ਜਿਹੜਾ ਪ੍ਰਕਾਸ਼ ਸਿੰਘ ਬਾਦਲ ਦੀ ਘਰਵਾਲੀ ਸੁਰਿੰਦਰ ਕੌਰ ਦਾ ਰਿਸ਼ਤੇਦਾਰ, ਹਰਿਆਣੇ ਦਾ ਇੰਚਾਰਜ ਉਹ ਸੀਗਾ। ਸੋ ਮੈਂ ਆਪਣੇ ਦਰਸ਼ਕਾਂ ਨੂੰ ਦੱਸਣਾ ਚਾਹੁੰਦਾ ਕਿ ਜੋ ਸਿੱਖ ਕੌਮ ਨਾਲ ਖਿਲਵਾੜ ਕੀਤਾ, ਉਹਦੇ ਵਿੱਚ ਬਾਦਲ ਪਲਵਾਲ ਦੇ 3 ਤੇ ਸਿੱਧੇ ਹੀ ਆ ਗਏ, ਸੁਖਬੀਰ ਬਾਦਲ ਤਨਖਾਹੀਆ, ਮਨਪ੍ਰੀਤ ਸਿੰਘ ਪਤਿਤ ਹੈ, ਪਤਾ ਨਹੀਂ ਉਹਨੂੰ ਕੀ ਕਿਹਾ ਜਾਂਦਾ, ਉਹ ਆਉਂਦਾ ਜਾਂ ਨਹੀਂ ਆਉਂਦਾ, ਔਰ ਜਿਹੜਾ ਰਘੂਜੀਤ ਸਿੰਘ ਵਿਰਕ ਬੁਲਾਇਆ, ਇਹ ਵੀ ਬਾਦਲ ਪਰਿਵਾਰ ਦਾ ਹੀ ਹੈ। ਸੋ 3 ਜਿਹੜੇ ਕੱਲ ਪੇਸ਼ ਹੋਣਗੇ, ਉਹਨਾਂ ਵਿੱਚੋਂ 3 ਵੱਡੇ ਗੁਨਾਹਗਾਰ ਜਿਹੜੇ ਨੇ ਉਹ ਬਾਦਲ ਪਰਿਵਾਰ ਚੋਂ, ਬਾਕੀ 20 ਹੈਗੇ। ਮੈਂ ਕੋਈ ਬਾਕੀਆਂ ਨੂੰ ਇਹ ਨਹੀਂ ਕਹਿ ਰਿਹਾ, ਮੈਂ ਇਹ ਕਹਿ ਰਿਹਾ ਕਿ ਜਿਹੜੀ ਉਸ ਪਰਿਵਾਰ ਦੀ ਪਕੜ ਸੀ ਕਿ ਮਹੱਤਵਪੂਰਨ ਪਦਵੀਆਂ ਤੇ ਉਹਨਾਂ ਦੇ ਰਿਸ਼ਤੇਦਾਰ ਹੀ ਬੈਠੇ ਸੀ, ਇਹਦੇ ਬਾਰੇ ਤੁਸੀਂ ਕੀ ਸੋਚਦੇ ਹੋ? ਸਾਡੇ ਦਰਸ਼ਕਾਂ ਨਾਲ ਥੋੜ੍ਹਾ ਸਾਂਝਾ ਕਰੋ। ਸਰਦਾਰ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ, ਮੁੰਡਾ ਡਿਪਟੀ ਮੁੱਖ ਮੰਤਰੀ, 9 ਕੇਂਦਰ 'ਚ ਮੁੱਖ ਮੰਤਰੀ, ਮੁੰਡੇ ਦਾ ਸਾਲਾ ਮੰਤਰੀ ਪੰਜਾਬ ਸਰਕਾਰ 'ਚ, ਜਵਾਈ ਮੰਤਰੀ ਜਨਮੇਜਾ ਸਿੰਘ ਸ਼ੇਖੋ ਰਿਸ਼ਤੇਦਾਰ ਉਹ ਮੰਤਰੀ, ਇਹ 6 ਤੇ ਤੁਹਾਨੂੰ ਮੰਤਰੀ ਮੰਡਲ 'ਚ ਇਹਨਾਂ ਦੇ ਪਰਿਵਾਰ ਦੇ ਬੰਦੇ ਮੈਂ ਗਿਣਾ ਦਿੱਤੇ। ਜੇ 18 ਮੈਂਬਰੀ ਬਕਾਇਦਾ ਤੌਰ 'ਤੇ ਸਮੇਤ ਮੁੱਖ ਮੰਤਰੀ ਬਣਦੀ ਹੈ ਸਾਡੀ ਮੰਤਰੀ ਮੰਡਲ, ਦੇ ਵਿੱਚੋਂ 3 ਸਤੇ ਪਰਿਵਾਰ ਇਹਨਾਂ ਦਾ ਹੈਗਾ।
ਤੇ ਜਿਹੜੇ ਬਾਕੀ ਸਨ ਉਹ ਪਰਿਵਾਰ ਤੋਂ ਵੱਧ ਸਨ। ਅਜੇ ਪਰਿਵਾਰ ਦੇ ਵਿੱਚ ਕਿਸੇ ਗੱਲ ਨੂੰ ਲੈ ਕੇ ਕਿ ਬਹਿਸ ਮੁਆਵਜ਼ਾ ਹੋ ਜਾਂਦਾ ਸੀ, ਉਹ ਬਹਿਸ ਕਰਨ ਜੋਗੇ ਨਹੀਂ ਸੀਗੇ। ਉਹ ਕੰਨ ਬੰਦ ਕਰਕੇ, ਅੱਖਾਂ ਬੰਦ ਕਰਕੇ, ਮੂੰਹ ਬੰਦ ਕਰਕੇ ਤੇ ਸਿਰਫ ਕਹਿੰਦੇ ਸੈਨ ਕਿੱਥੇ ਕਰਨੇ, ਸਾਨੂੰ ਦੱਸ ਦਿਓ ਤੁਸੀਂ। ਉਹ ਇਹਨਾਂ ਨੂੰ ਵੱਧ ਸੀਗੇ, ਪਰਿਵਾਰ ਤੋਂ ਵੱਧ ਸੀਗੇ। ਇਸ ਕਰਕੇ ਜਿਹੜੀ ਤੁਸੀਂ ਗੱਲ ਕੀਤੀ ਵੀ ਪਰਿਵਾਰ ਦੇ ਮੈਂਬਰ ਸੀਗੇ, ਤੇ ਪਰਿਵਾਰ ਦੇ ਮੈਂਬਰ ਤਾਂ ਸਾਰੇ ਸੀਗੇ ਜਦੋਂ ਇਹ ਮੰਤਰੀ ਮੰਡਲ 'ਚ ਬਣ ਗਏ, ਸਾਰੇ ਪਰਿਵਾਰ ਬਣ ਗਏ। ਢੀਂਡਸਾ ਨਾਲ ਵੀ ਇਹਨਾਂ ਦੀ ਰਿਸ਼ਤੇਦਾਰੀ, ਜਦ ਮਿਰਜ਼ਾ ਸਿੰਘ ਕਿਹਦੇ ਨਾਲ ਰਿਸ਼ਤੇਦਾਰੀ, ਇਹਨਾਂ ਦੀ ਆਪਸ ਵਿੱਚ ਨਹੀਂ ਸੀ ਹੈਗੀ। ਪੰਜਾਬੀ 'ਚ ਕਹਿੰਦੇ ਤੇ ਮੇਰੇ ਵੀਰ ਕਈ ਗੁੱਸਾ ਲੱਗਾ, ਇੱਕ ਕਹਾਵਤ ਆ, ਜੱਟ ਜੱਟਾਂ ਦੇ ਸਾਲੇ ਦੇ ਕਰਦੇ ਕਾਲੇ ਮਾਲੇ। ਇਸ ਕਰਕੇ ਗੁੱਸਾ ਨਹੀਂ ਕਰਨਾ, ਮੈਂ ਆਪ ਕਹਾਵਤ ਦੀ ਗੱਲ ਕੀਤੀ। ਆਮ ਤੌਰ 'ਤੇ ਕਿਹਾ ਜਾਂਦਾ ਲੋਕਾਂ ਦੇ ਵਿੱਚ ਚਰਚਾ ਹੁੰਦੀ ਹੈ। ਹਾਂਜੀ ਹਾਂਜੀ ਹਾਂਜੀ, ਇਹ ਬੜੀ ਪਾਪੂਲਰ। ਮੈਨੂੰ ਇਹ ਗੱਲ ਦੱਸ ਦਿਓ ਵੀ ਇੱਕ ਸਵਾਏ ਗੁਲਜ਼ਾਰ ਸਿੰਘ ਰਣੀ ਕੇ ਅਤੇ ਗਾਬੜੀ ਅਜੇ ਜਿੱਤ ਜਾਵੇ ਤੇ ਉਸ ਤੋਂ ਸਵਾਏ ਇਹਨਾਂ ਦੇ ਮੰਤਰੀ ਮੰਡਲ ਦੇ ਵਿੱਚ ਨੌਂ ਜੱਟ ਕਿਹੜਾ ਹੁੰਦਾ ਸੀ? ਗੁਰਦੇਵ ਸਿੰਘ ਬਾਦਲ ਹੋ ਗਿਆ, ਗੁਲਜ਼ਾਰ ਸਿੰਘ ਰਣੀਕੇ ਹੋ ਗਿਆ, ਵਫ਼ਾਦਾਰ ਬੰਦੇ ਸੀ ਇਹਨਾਂ ਦੇ। ਉਹ ਵੀ ਮਜਬੂਰੀ ਸੀ ਇਹਨਾਂ ਦੀ, ਮਜਬੂਰੀ। ਸ਼ੇਖਵਾ ਜਿਹੜਾ ਜੱਟ ਸੀਗਾ ਜੀ, ਸ਼ੇਖਵਾ ਉਹਦੇ ਵਿੱਚ। ਇਸ ਕਰਕੇ ਸੁੱਚਾ ਸਿੰਘ ਲੰਗਾਹ ਇਹਨਾਂ ਦਾ ਖਾਸਮ ਖਾਸ ਬੰਦਾ। ਵੇਖੋ, ਸੁੱਚਾ ਸਿੰਘ ਲੰਗਾਹ ਸ਼੍ਰੋਮਣੀ ਕਮੇਟੀ ਮੈਂਬਰ ਵੀ ਆ, ਜ਼ਿਲ੍ਹਾ ਪ੍ਰਧਾਨ ਵੀ ਆ ਆਪਣੇ ਗੁਰਦਾਸਪੁਰ ਜ਼ਿਲ੍ਹੇ ਦਾ, MLA ਵੀ ਆ, ਮੰਤਰੀ ਵੀ ਆ, ਇੱਥੋਂ ਤੱਕ ਕੋਰ ਕਮੇਟੀ ਅਤੇ ਵਰਕਿੰਗ ਕਮੇਟੀ ਦੇ ਮੈਂਬਰ। ਇੱਕ ਵਿਅਕਤੀ ਕੋਲ 6-6 ਪੋਸਟਾਂ ਦਿੱਤੀਆਂ ਸੀ ਇਹਨਾਂ ਆਪਣੇ ਬੰਦਿਆਂ ਨੂੰ, ਅਤੇ ਵਰਕਰਾਂ ਦੇ ਵਿੱਚ ਨਿਰਾਸ਼ਾ ਤਾਂ ਪਾਈ ਜਾਂਦੀ, ਲੇਕਿਨ ਵਰਕਰ ਕਰ ਕੁਛ ਨਹੀਂ ਸੀ ਸਕਦੇ। ਹੁਣ ਜਦੋਂ ਕਰਨ ਦਾ ਮੌਕਾ ਮਿਲਿਆ, ਕਣਕ ਕਰਕੇ ਵਿਖਾ ਦਿੱਤਾ, ਤੁਹਾਨੂੰ ਸਿੱਧੀਆਂ 4 ਚੋਣਾਂ ਹਰਾਤੀਆਂ ਅਤੇ ਤੁਹਾਨੂੰ ਅਜੇ ਵੀ ਨਹੀਂ ਪਤਾ ਲੱਗਾ ਵੀ ਅਸੀਂ ਕਿੱਥੇ ਖੜ੍ਹੇ। ਅਤੇ ਵਿਰਸਾ ਸਿੰਘ ਬਲਟੋਆ ਕਹਿੰਦਾ ਜੀ ਵੇਖੋ, ਜਿਹੜੇ ਸਾਡੇ ਮਾਨਯੋਗ ਹੈਗੇ ਨੇ ਸੁਖਬੀਰ ਸਿੰਘ ਬਾਦਲ, ਉਹਦੀ ਟਰਾਂਸਪੋਰਟ 1947 ਦੀ ਚੱਲਦੀ ਸੀ। ਮੈਂ ਕਿਹਾ 1847-48 ਦੀ ਚੱਲਦੀ ਜਾਵੇ, ਲੇਕਿਨ ਜਿਹੜਾ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ, ਜਿਹੜਾ ਵੀ ਦਰਵੇਸ਼ ਵਿਅਕਤੀ ਰਿਹਾ ਵਾ, ਭਾਵੇਂ ਉਹ ਸੰਤ ਚੰਦਨ ਸਿੰਘ ਹੋਵੇ, ਭਾਵੇਂ ਸੰਤ ਫਤਿਹ ਸਿੰਘ ਹੋਵੇ, ਭਾਵੇਂ ਸੰਤ ਬਾਬਾ ਖੜਕ ਸਿੰਘ ਹੋਵੇ, ਭਾਵੇਂ ਬਕਾਇਦਾ ਤੌਰ 'ਤੇ ਮਾਸਟਰ ਤਾਰਾ ਸਿੰਘ ਹੋਵੇ, ਭਾਵੇਂ ਸੰਤ ਹਰਚੰਦ ਸਿੰਘ ਲੌਂਗੋਵਾਲ ਹੋਵੇ, ਇਹ ਦਰਵੇਸ਼ ਵਿਅਕਤੀ ਸਨ। ਸੰਤ ਗਿਆਨੀ ਕਰਤਾਰ ਸਿੰਘ ਵਰਗੇ ਬੰਦੇ, ਸਰਕਾਰ ਟੁੱਟ ਗਈ, ਉਹਨੂੰ ਕਹਿੰਦੇ ਜੀ ਕੋਠੀ ਖਾਲੀ ਕਰਨੀ, ਸਰਕਾਰ ਟੁੱਟ ਗਈ, ਅੱਛਾ, ਕਹਿੰਦਾ ਬਾਹਰ ਮੇਰਾ ਇੱਕ ਪਰਨਾ ਪਿਆ ਤਾਰ ਦੇ ਉੱਤੇ ਅਤੇ ਕੱਛਾ ਪਿਆ, ਲਿਆਓ ਝੋਲੀ 'ਚ ਪਈ ਚੱਲੀ ਆਪਾਂ। ਇਹ ਸੀ ਸਿੱਖੀ, ਇਹ ਸੀ ਸਮਰਪਣ ਭਾਵਨਾ। ਅਤੇ ਇੱਥੇ ਤਾਂ ਜਿਹਨਾਂ ਟਰਾਂਸਪੋਰਟਾਂ ਬਣਾਈਆਂ, ਕੱਲ੍ਹ ਤੁਸੀਂ ਦੱਸਿਆ ਸੀ ਵੀ ਕਿੰਨੀਆਂ ਟਰਾਂਸਪੋਰਟ, ਹੁਣ ਤਾਂ ਪਹਿਲਾਂ ਕਿੰਨੀਆਂ ਬਣ ਗਈਆਂ ਇਹਨਾਂ ਦੀਆਂ। ਅਤੇ ਵਿਰਸੇ ਬਲਟੋਏ ਵਰਗੇ ਜਿਹੜੇ ਅੰਨੇ ਭਗਤ ਨੇ, ਉਹਨਾਂ ਕੋਲ ਇਹੋ ਵੀ ਸੁਖਬੀਰ ਸਿੰਘ ਬਾਦਲ ਦੇ ਖਿਲਾਫ਼ ਗੱਲ ਨਹੀਂ ਕੋਈ ਹੋਣੀ ਚਾਹੀਦੀ, ਬਾਕੀ ਜੋ ਮਰਜ਼ੀ ਹੋ ਜਾਵੇ, ਤੈਨੂੰ ਅਗਲਿਆਂ ਪਾਰਟੀ 'ਚੋਂ ਕੱਢ ਦਿੱਤਾ, ਤੂੰ ਅੱਜ ਬਾਹਰ ਆ, ਅੱਜ ਵੀ ਤੂੰ ਸੁਖਬੀਰ ਬਾਦਲ ਦੇ ਗੁਣ ਗੁਣਾ ਗਾਈ ਜਾ, ਕਿਸੇ ਨੂੰ ਤੇਰਾ ਬਿੱਲ ਨਹੀਂ ਆਉਂਦਾ। ਲੇਕਿਨ ਸਭ ਨੂੰ ਪਤਾ ਡਾਕਟਰ ਤਰੇਹਨ ਨੂੰ ਕਿਹਨੇ ਮਾਰਿਆ, ਬਕਾਇਦਾ ਤੌਰ 'ਤੇ ਅਮਰਕੋਟ 'ਚ ਹਿੰਦੂ ਭਾਈਚਾਰੇ ਲੋਕ ਕਿਹਨੇ ਮਾਰੇ, ਥਾਣੇਦਾਰ ਮਨਮੋਹਨ ਸਿੰਘ ਨੂੰ ਗੋਲੀ ਕਿਹਨੇ ਮਾਰੀ, ਲੱਤ 'ਚ ਵੱਜੀ ਉਹਦੇ। ਫਿਰ ਹੋਰ ਕਈ ਇੱਕ ਮਨਚੰਦਾ, ਹਰਭੰਤ ਸਿੰਘ ਮਨਚੰਦਾ, ਦਿੱਲੀ ਕਮੇਟੀ ਦਾ ਪ੍ਰਧਾਨ ਸੀ, ਉਹ ਕਿਹਨੇ ਮਾਰਿਆ? ਠੀਕ ਆ,
ਸਬੂਤਾਂ ਦੀ ਘਾਟ ਕਰਕੇ ਸਾਡੀਆਂ ਕੋਰਟਾਂ 'ਚ ਬੰਦੇ ਬਰੀ ਹੋ ਜਾਂਦੇ ਆ, ਲੇਕਿਨ ਜਿਹੜੇ ਮੱਥੇ 'ਤੇ ਕਲੰਕ ਲੱਗੇ ਉਹ ਜਾਂਦੇ ਨਹੀਂ। ਇਹ ਦੱਸ ਸਕਦੇ ਨੇ ਬਾਦਲ ਕੇ ਵੀ ਇਹੋ ਜਿਹੇ ਬੰਦਿਆਂ ਨੂੰ ਜਿਹੜੇ ਆਪਣੇ ਲੋਕਤੰਤਰ ਦੇ ਸਭ ਤੋਂ ਵੱਡੇ ਮੰਦਰ 'ਚ ਖਲੋ ਕੇ ਕਹਿੰਦੇ ਨੇ ਮੈਂ ਅੱਤਵਾਦੀ ਸੀ, ਹਾਂ ਅੱਤਵਾਦੀ ਰਹੂੰਗਾ, ਕਿਉਂ ਨਹੀਂ ਸਪੀਕਰ ਨੇ ਧੱਕੇ ਮਾਰ ਕੇ ਬਾਹਰ ਕੱਢਿਆ? ਇੱਥੇ ਅੱਤਵਾਦੀ ਜਗ੍ਹਾ ਨਹੀਂ ਹੈਗੀ ਕੋਈ, ਇਹ ਲੋਕ ਸੇਵਾਦਾਰਾਂ ਦੀ ਜਗ੍ਹਾ ਇੱਥੇ ਹੈਗੀ, ਕਿਉਂ ਨਹੀਂ ਕੱਢੇ ਉਹਨੇ ਉਹਨੂੰ? ਇਸ ਕਰਕੇ ਸੁਖਬੀਰ ਸਿੰਘ ਬਾਦਲ ਦੀ ਤੁਸੀਂ ਗੱਲ ਕੀਤੀ, ਇੱਥੇ ਤਾਂ ਭਾਜੀ ਜਿਹੜਾ ਵੀ ਢੱਕਣ ਚੁੱਕ ਕੇ ਨਾ ਥੱਲਿਓ ਕਾਲੀਆਂ ਧੂੰਆਂ ਨਿਕਲਣਾ, ਕਾਲਾ ਚਿੱਟਾ ਕੁਝ ਨਿਕਲਣਾ ਕਿਤੇ। ਅਤੇ ਹੁਣ ਕੱਲ੍ਹ ਵੇਖਦੇ ਹਾਂ 2 ਤਰੀਕ ਨੂੰ ਕੀ ਬਣਦਾ ਜੀ। ਲੇਕਿਨ ਜੇ ਕਿਤੇ ਜਥੇਦਾਰਾਂ ਨੇ ਕੋਈ ਢਿੱਲ ਵਰਤ ਦਿੱਤੀ ਫਿਰ ਇਹ ਜਥੇਦਾਰ ਵੀ ਤਿਆਰ ਨੇ, ਲੋਕਾਂ ਘਰਾਂ 'ਚ ਬਾਹਰ ਨਹੀਂ ਹੋਣ ਦੇਣਾ ਇਹਨੂੰ ਜੀ। ਇੱਥੇ ਮੈਂ ਦਰਸ਼ਕਾਂ ਦੀ ਜਾਣਕਾਰੀ ਲਈ ਦੱਸਣਾ ਚਾਹੁੰਦਾ, ਜਦੋਂ 2007 ਵਿੱਚ ਬਣੀ ਸਰਕਾਰ ਪ੍ਰਕਾਸ਼ ਸਿੰਘ ਬਾਦਲ ਦੀ, ਤਾਂ ਇਹਨਾਂ ਦੀ ਟਰਾਂਸਪੋਰਟ ਕੰਪਨੀ ਦੀਆਂ 27 ਬੱਸਾਂ ਸੀ। ਉਹਦੇ ਵਿੱਚ ਜਿਹੜੀਆਂ ਸਧਾਰਨ ਰੂਟ ਵਾਲੀਆਂ ਬੱਸਾਂ ਵੀ ਸੀਗੀਆਂ, ਸਾਰੀਆਂ ਏਸੀ ਨਹੀਂ ਸੀ, ਮੈਨੂੰ ਇਹ ਤਾਂ ਨਹੀਂ ਪਤਾ ਉਹਦੇ 'ਚ ਕੋਈ ਏਸੀ ਹੈ ਵੀ ਸੀ। ਉਸ ਵੇਲੇ ਏਸੀ ਬੱਸਾਂ ਦਾ ਰਿਵਾਜ ਨਹੀਂ ਸੀ। ਇੱਥੇ ਮੈਂ ਇਹ ਵੀ ਦੱਸਣਾ ਚਾਹੁੰਦਾ ਕਿ ਇਹ ਜਿਹੜਾ ਵਿਰਸਾ ਸਿੰਘ ਵਲਟੋ ਹੈ, ਇਹਨੂੰ ਝੂਠ ਬੋਲਣ ਦੀ ਆਦਤ ਹੈ। ਇਹ ਕਹਿੰਦਾ ਜੀ ਇਹਨਾਂ ਦੀ ਟਰਾਂਸਪੋਰਟ 1947 ਤੋਂ ਪਹਿਲੇ ਵੀ ਸੀ। 1947 ਤੋਂ ਪਹਿਲੇ ਪ੍ਰਕਾਸ਼ ਸਿੰਘ ਬਾਦਲ ਲਾਹੌਰ ਪੜ੍ਹਦਾ ਸੀ ਤੇ ਉਹਨੂੰ ਜਿਹੜੀ BA ਦੀ ਡਿਗਰੀ ਮਿਲੀ ਹੈ ਉਹ ਮਿਲੀ ਕਿਉਂਕਿ 1947 'ਚ ਪਾਰਟੀਸ਼ਨ ਹੋ ਗਈ ਤੇ ਉਹ ਸੋਸ਼ਲ ਵਰਕ ਕਰਕੇ ਉਹਨੂੰ ਗ੍ਰੈਜੂਏਸ਼ਨ ਦੀ ਡਿਗਰੀ ਦੇ ਦਿੱਤੀ। ਟਰਾਂਸਪੋਰਟ ਕੰਪਨੀ ਕਿੱਥੇ ਸੀ? ਦੂਜਾ 2007 ਵਿੱਚ 27 ਇਹਨਾਂ ਦੀਆਂ ਬੱਸਾਂ ਸਧਾਰਨ ਬੱਸਾਂ ਹੋਏ ਜਾਂ ਨਾ ਹੋਏ, 1-2 ਵਿੱਚ AC ਮੈਟਰ ਨਹੀਂ, ਉਸ ਵੇਲੇ AC ਦਾ ਰਿਵਾਜ ਹੀ ਨਹੀਂ ਸੀ, ਇਹ ਬੜਾ ਲੇਟ ਆਇਆ। ਤੇ 2017 ਵਿੱਚ 2070 ਤੋਂ ਉੱਪਰ ਬੱਸਾਂ ਹੋ ਗਈਆਂ, ਸਾਰੀਆਂ AC ਹੋ ਗਈਆਂ। ਔਰ ਇੱਥੇ ਮੈਂ ਦਰਸ਼ਕਾਂ ਨੂੰ ਇੱਕ ਹੋਰ ਵੀ ਬੜੀ ਮਹੱਤਵਪੂਰਨ ਗੱਲ ਦੱਸਦਾ ਵੀ ਸਟੇਟ ਨੂੰ ਕਿਵੇਂ ਲੁੱਟਿਆ ਗਿਆ। ਇਹਨਾਂ ਨੇ ਕੀ ਕੀਤਾ, ਜਿਹੜੀਆਂ AC ਬੱਸਾਂ ਸੀਗੀਆਂ ਉਹਨਾਂ ਦਾ ਟੈਕਸ ਘੱਟ ਕਰ ਦਿੱਤਾ ਵੀ ਇਹਦੇ ਵਿੱਚ ਜਨਤਾ ਬੈਠ ਸਕੇ, ਇਸ ਲਈ ਅਸੀਂ AC ਬੱਸਾਂ ਉੱਪਰ ਜਿਹੜਾ ਰੋਡ ਟੈਕਸ ਰੱਖਦਾ ਉਹ ਬੜਾ ਨਾਮੀ ਨਾਲ ਰੱਖਿਆ। ਅਸਲੀਅਤ ਕੀ ਸੀ? ਅਸਲੀਅਤ ਇਹ ਸੀ ਕਿ ਪੰਜਾਬ ਰੋਡਵੇਜ ਤੇ ਪੈਪਸੂ ਰੋਡਵੇਜ ਨੇ ਤੇ ਪਾਈਆਂ ਹੀ ਨਹੀਂ AC ਬੱਸਾਂ, ਕਿਉਂਕਿ ਸਰਕਾਰ ਨੇ ਪਾਣੀਆਂ ਸੀ। ਜਿਹੜੀ ਟਰਾਂਸਪੋਰਟ ਆਰਬਿਟ ਇਹਨਾਂ ਦੀ ਸੀ ਜਾਂ ਇੱਕ ਹੋਰ ਟਰਾਂਸਪੋਰਟ ਸੀ ਉਹਦੇ ਵਿੱਚ ਇਹਨਾਂ ਨੇ AC ਬੱਸਾਂ ਚਲਾ ਤੀਆਂ। ਸਟੇਟ ਦੀਆਂ ਬੱਸਾਂ ਸੀਗੀਆਂ ਟੁੱਟੀਆਂ ਭੱਜੀਆਂ ਆਰਡੀਨਰੀ, ਇਹਨਾਂ ਨੇ ਦਬਾ ਦਬ AC ਬੱਸਾਂ ਚਲਾ ਤੀਆਂ। ਤਾਂ ਯਾਤਰੂ ਜਿਹੜੇ ਸੀਗੇ ਇਹਨਾਂ ਦੀ ਬੱਸਾਂ 'ਚ ਯਾਤਰਾ ਕਰਦੇ ਸੀ, ਬੜੀ ਖੱਪ ਪਈ ਕਿ ਸਟੇਟ ਗੌਰਮੈਂਟ ਕਿਉਂ ਨਹੀਂ ਚਲਾਉਂਦੀ ਪੈਪਸੂ ਤੇ ਪੰਜਾਬ ਰੋਡਵੇਜ ਦੀਆਂ ਬੱਸਾਂ ਦੀ। ਮੈਂ ਤੁਹਾਨੂੰ ਇਹਨਾਂ ਦੀ ਨੀਅਤ ਬਾਰੇ ਦੱਸ ਰਿਹਾ ਕਿਸ ਤਰ੍ਹਾਂ ਸਟੇਟ ਨੂੰ ਲੁੱਟਿਆ ਗਿਆ, ਕਿਉਂਕਿ ਮੈਂ ਉਸ ਵੇਲੇ ਐਕਟਿਵ ਜਰਨਲਿਸਟ ਸੀ ਤੇ ਇਹ ਚੀਜ਼ਾਂ ਮੈਂ ਰੋਜ਼ ਰਿਪੋਰਟ ਕਰਦਾ ਸੀ ਇੰਡੀਅਨ ਐਕਸਪ੍ਰੈਸ ਲਈ। ਤੋ ਇੱਥੇ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਕਿ ਵਲਟੋਏ ਤੇ ਵਿਸ਼ਵਾਸ ਨਾ ਕਰੋ,
ਵਲਟੋਏ ਦੀ ਤੇ ਹੋਣ ਦੀ ਸੁਖਵੀਰ ਬਾਦਲ ਕਰ ਰੱਖਿਆ। ਇਹ ਜਿਹੜੇ ਬਹੁਤ ਸਾਰੇ ਉਹਦੇ ਨਾਲ ਤੁਰੇ ਫਿਰਦੇ ਦਲਜੀਤ ਸਿੰਘ ਚੀਮਾ, ਬਲਵਿੰਦਰ ਭੁੰਦੜ, ਜਾਂ ਐਸ ਜੀ ਪੀ ਸੀ ਦੇ ਪ੍ਰਧਾਨ ਜਾਂ ਹੋਰ ਐਗਜ਼ੀਕਿਊਟਿਵ ਕਮੇਟੀ ਦੇ ਮੈਂਬਰ, ਉਹਨਾਂ ਦੀ ਹੋਣ ਦੀ ਉਹਨਾਂ ਕਰਕੇ। ਇਸ ਕਰਕੇ ਉਹਨੂੰ ਉਹ ਬਾਹੂਬਲੀ ਨੂੰ ਰੱਬ ਦਾ ਰੂਪ ਸਮਝ ਕੇ ਉਹਨੂੰ ਪੇਸ਼ ਕਰਦੇ, ਜਿਹੜਾ ਕਿ ਸੰਗਤਾਂ ਵੱਲੋਂ ਸਿੱਖ ਵੋਟਰਾਂ ਵੱਲੋਂ ਨਕਾਰਿਆ ਹੋਇਆ। ਤੁਸੀਂ ਪੰਜ ਚਾਰ ਇਲੈਕਸ਼ਨਾਂ ਹਾਰ ਗਏ, ਪੰਜਵੀਂ ਤੁਹਾਡੀ ਮੈਦਾਨੇ ਵੋਟ ਲੜਾਈ ਇਲੈਕਸ਼ਨ ਲੜਨ ਦੀ ਹਿੰਮਤ ਹੀ ਨਹੀਂ ਪਈ। ਤੋ ਇਹ ਗੱਲਾਂ ਸਾਡੇ ਦਰਸ਼ਕਾਂ ਨੂੰ ਪਤਾ ਹੋਣੀਆਂ ਚਾਹੀਦੀਆਂ, ਬੱਸਾਂ ਵਾਲੀ ਖਾਸ ਕਰਕੇ, ਕਿ ਕਿਸ ਤਰ੍ਹਾਂ ਸਟੇਟ ਦੀਆਂ ਬੱਸਾਂ ਨੂੰ ਏਸੀ ਕੀਤਾ ਹੀ ਨਹੀਂ ਕਈ ਸਾਲ, ਇੱਕ ਸਾਲ ਨਹੀਂ ਬੜੇ ਲੰਬੇ ਸਮੇਂ। ਫਿਰ ਜਿਸ ਵੇਲੇ ਖੱਪ ਪੈਣੀ ਸ਼ੁਰੂ ਹੋਈ, ਰਿਪੋਰਟਾਂ ਲੱਗਣੀਆਂ ਹੋਈਆਂ, ਫਿਰ ਕਿਸੇ ਕਿਸੇ ਰੂਟ ਤੇ ਏਸੀ ਬੱਸਾਂ, ਸਧਾਰਨ ਬੱਸਾਂ ਨੂੰ ਏਸੀ ਕੀਤਾ। ਲੇਕਿਨ ਫਿਰ ਵੀ ਜਿਹੜੀਆਂ ਮਰਸੀ ਬੈਂਸ ਦਾ ਹੋਰ ਬੱਸਾਂ ਪਾਣੀਆਂ ਸੀ ਉਹ ਨਹੀਂ ਪਾਈ। ਸੋ ਇਸ ਗੱਲ ਬਾਰੇ ਮੈਂ ਤਾਂ ਬੋਲਿਆ ਕਿਉਂਕਿ ਵਲਟੋਆ ਜਿਹੜਾ ਉਹ ਅਕਾਲ ਤਖ਼ਤ ਨੂੰ ਹੀ ਕੁਝ ਨਹੀਂ ਸਮਝਦਾ। ਅਕਾਲ ਤਖ਼ਤ ਦੇ ਜਥੇਦਾਰ ਜਾ ਕੇ ਘਰੇ ਧਮਕੀ ਦੇ ਰਿਹਾ, ਉਹਦਾ ਮਤਲਬ ਇਹ ਹੈ ਵੀ ਸਾਰੇ ਪੰਥ ਨੂੰ ਹੀ ਡਰਾ ਰਿਹਾ ਵੀ ਜੇ ਤੁਸੀਂ ਸਰਵਉੱਚਤਮ ਸ਼ਕਤੀ ਨੂੰ ਡਰਾ ਦਿਓਗੇ ਤੇ ਫਿਰ ਸਾਰਾ ਸਿੱਖ ਪੰਥ, ਸਿੱਖ ਕੌਮ ਤੇ ਫਿਰ ਇਹਨਾਂ ਦੇ ਥੱਲੇ ਲੱਗ ਕੇ ਰਹੇਗੀ। ਹੁਣ ਮੇਰਾ ਸਵਾਲ ਇਹ ਆ ਕਿ ਚਾਹੇ ਹਰਚਰਨ ਸਿੰਘ ਜੋ ਚੀਫ ਸੈਕਟਰੀ ਲਗਾਇਆ ਗਿਆ ਸੀ, ਉਸਨੂੰ ਪਹਿਲੇ 3 ਲੱਖ ਤਨਖਾਹ ਦਿੱਤੀ ਐਸ ਜੀ ਪੀ ਸੀ ਨੇ, ਫਿਰ ਬਾਅਦ 'ਚ ਲੱਖ ਕਰ ਦਿੱਤੀ, ਉਹਨੂੰ ਕੋਠੀ ਵੀ ਦਿੱਤੀ ਅੰਮ੍ਰਿਤਸਰ, ਬਾਕੀ ਗੱਡੀ ਤੇ ਮਿਲਣੀ ਹੁੰਦੀ ਹੈ, ਔਰ ਅਵਤਾਰ ਸਿੰਘ ਮੱਕੜ ਜੋ ਉਸ ਸਮੇਂ ਪ੍ਰਧਾਨ ਸੀਗੇ, ਚਾਹੇ ਉਹ ਦੋਨੋਂ ਇਸ ਦੁਨੀਆਂ 'ਚ ਨਹੀਂ। ਮੈਨੂੰ ਉਸ ਕਿਤਾਬ ਦਾ ਨਾਮ ਭੁੱਲ ਗਿਆ, ਹਰਚਰਨ ਸਿੰਘ ਨੇ ਇੱਕ ਕਿਤਾਬ ਲਿਖੀ ਹੈ ਐਸ ਜੀ ਪੀ ਸੀ ਦੀ ਕਰਪਸ਼ਨ ਤੇ, ਜੇ ਤੁਹਾਨੂੰ ਉਹਦਾ ਨਾਮ ਪਤਾ ਤੇ ਉਹ ਦੱਸੋ। ਉਹ ਕਿਤਾਬ ਜਿਹੜੀ ਏ ਸੱਚ ਬੋਲਦੀ ਏ, ਮਾਰਕੀਟ 'ਚ ਅਵੇਲੇਬਲ ਹੈ। ਮੈਂ ਬੈਠਾ ਹੋਇਆ ਲਾਹੌਰ ਤੋਂ ਬੋਲ ਰਿਹਾ ਪਾਕਿਸਤਾਨ, ਜੇ ਮੈਂ ਚੰਡੀਗੜ੍ਹ ਹੁੰਦਾ ਤੇ ਮੈਂ ਉਹ ਕਿਤਾਬ ਖਰੀਦ ਕੇ ਤੇ ਅੱਜ ਤੁਹਾਨੂੰ ਦਿਖਾ ਦਿੰਦਾ। ਮਿਲਦੀ ਹੈ ਚੰਡੀਗੜ੍ਹ ਤੋਂ, ਪੰਜਾਬ ਬੁੱਕ ਸੈਂਟਰ ਤੋਂ, ਹੋਰ ਵੀ ਕਈ ਥਾਵਾਂ ਤੋਂ, ਕਈ ਸ਼ਹਿਰਾਂ 'ਚ ਮਿਲਦੀ ਹੋਏਗੀ। ਔਰ ਜਿਹੜੀ ਹਰਚਰਨ ਸਿੰਘ ਦੀ ਡੈਥ ਹੋਈ ਹੈ ਉਹਦੀ ਇਹ ਕਿਤਾਬ ਲਿਖਣ ਕਰਕੇ ਹੋਈ ਹੈ। ਉਹਨੂੰ ਧਮਕਾਇਆ ਇੱਕ ਐਸ ਜੀ ਪੀ ਸੀ ਦੇ ਪ੍ਰਧਾਨ ਤੇ, ਉਹਦੇ ਤੇ ਮੈਂ ਹੁਣ ਅੱਜ ਗੱਲ ਹੋ ਗਈ ਹੈ ਤੇ ਇੱਕ ਵੱਖਰੀ ਵੀਡੀਓ ਥੋੜੇ ਇੰਡੀਆ ਜਾ ਕੇ ਬਣਾ ਕੇ ਦੱਸਾਂਗਾ ਵੀ ਉਹਦੀ ਡੈਥ ਕਿਵੇਂ ਹੋਈ ਹੈ, ਉਹ ਕੀ ਚਾਹੁੰਦਾ ਸੀ, ਉਹਨੂੰ ਇਹਨਾਂ ਨੇ ਕਿਵੇਂ ਥਰੈਟ ਕੀਤਾ। ਤੋ ਇਹ ਕਿਤਾਬ ਵੀ ਬੜੀ ਵੱਡੀ ਡਾਕੂਮੈਂਟਰੀ ਐਵੀਡੈਂਸ ਹੈ ਜਿਹੜੀ ਐਸ ਜੀ ਪੀ ਸੀ 'ਚ ਕਰਪਸ਼ਨ ਹੈ। ਹਰਚਰਨ ਸਿੰਘ ਨੂੰ ਮੈਂ ਖੁਦ ਮਿਲਿਆ ਚੰਡੀਗੜ੍ਹ 'ਚ, ਉਹ ਚੰਡੀਗੜ੍ਹ ਰਹਿੰਦੇ ਸੀ ਤੇ ਮੁਲਾਕਾਤ ਹੋਈ, ਕਈ ਵਾਰੀ ਹੋਈ, ਇੱਕ ਵਾਰੀ ਨਹੀਂ ਹੋਈ। ਉਹਨਾਂ ਨੇ ਦੱਸਿਆ ਕਿ ਉਹ ਕਿਤਾਬ ਦਾ ਨਾਮ ਹੈਗਾ ਸੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਵਰਤਮਾਨ ਸਥਿਤੀ। ਹਾਂਜੀ, ਕਿਤਾਬ ਦਾ ਨਾਂ ਆ ਗਿਆ ਜੀ। ਸੋ ਦਰਸ਼ਕ ਜਿਹੜੇ ਦੇਖਣਾ ਚਾਹਣ ਕਿਤਾਬ ਇਹ ਖਰੀਦ ਸਕਦੇ ਨੇ ਅਵੇਲੇਬਲ ਮਾਰਕੀਟ 'ਚ। ਸੋ ਮੈਂ ਇਹ ਦੱਸਣਾ ਚਾਹੁੰਦਾ ਕਿ ਵੀ ਇਹ ਜਿਹੜੀ ਇਹਨਾਂ ਦੀ ਕਰਪਸ਼ਨ ਦੀ ਕਹਾਣੀ ਹੈ ਉਸਦਾ ਲੇਖਾ ਜੋਖਾ ਇਸ ਕਿਤਾਬ 'ਚ ਦਰਜ ਹੈ, ਤੇ ਇਹ ਕਿਤਾਬ ਕੋਈ ਵੀ
ਜਿਹੜੇ ਲੋਕੀ ਸੰਘਰਸ਼ ਕਰ ਰਹੇ ਨੇ ਸਿੱਖੀ ਦੇ ਹੱਕ ਚ ਔਰ ਅਕਾਲ ਤਖ਼ਤ ਤੇ ਆਪਣੀ ਪਹੁੰਚ ਰੱਖਦੇ, ਉਹ ਇਹ ਪੁਸਤਕ ਨੂੰ ਵੀ ਚਿੱਠੀ ਲਾ ਕੇ ਦੇ ਸਕਦੇ ਵੀ ਇਸ ਚਰਨ ਸਿੰਘ ਤੇ ਹੈ ਨਹੀਂ, ਹੁਣ ਇਹ ਸਾਰਾ ਭਾਰ ਉਹਦੇ ਤੇ ਪਾਏਗਾ। ਦੂਸਰੀ ਗੱਲ ਜਿਹੜੀ ਮੈਂ ਵੱਡੀ ਕਹਿਣਾ ਚਾਹੁੰਦਾ, ਖੁਸ਼ੀ ਤੇ ਉਹਨੂੰ ਹੁੰਦੀ ਹੈ ਜਿਹਨੂੰ ਮਾਫ਼ੀ ਮਿਲੇ। ਕਦੀ ਤੁਸੀਂ ਸੋਚ ਸਕਦੇ ਹੋ ਕਿ ਜਿਸ ਬੰਦੇ ਦੀ ਜਿਹੜੀ ਪੰਥ ਛੇਕਿਆ ਹੋਇਆ ਸੀ ਸਿੱਖ ਸਮਾਜ ਚੋਂ ਵੀ ਇਹਦੇ ਨਾਲ ਸੰਬੰਧ ਨਹੀਂ ਰੱਖਣੇ, ਉਹਨੂੰ ਜਿਹੜੀ ਮਾਫ਼ੀ ਦਿੱਤੀ ਖੁਸ਼ੀ ਤੇ ਉਹਨੂੰ ਹੋਣੀ ਚਾਹੀਦੀ ਸੀ। ਐਡ ਤੇ ਉਹਨੂੰ ਲਾਣੀਆਂ ਚਾਹੀਦੀਆਂ ਸੀ, ਐਡਵਰਟਾਈਜਮੈਂਟ ਉਹਨੂੰ ਲਾਣੀਆਂ ਚਾਹੀਦੀਆਂ ਸੀ। ਲਾ ਕੌਣ ਰਿਹਾ? ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਖੁਸ਼ੀ ਹੋ ਰਹੀ ਹੈ ਕਿ ਅਸੀਂ ਉਹਨੂੰ ਜਿਹੜੀ ਦਿੱਤੀ ਹੈ ਮਾਫ਼ੀ, ਉਹ ਬੜੀ ਕੌਮ ਲਈ, ਸਿੱਖ ਲਈ, ਸਮਾਜ ਲਈ ਬੜੀ ਵਧੀਆ। ਮਾਮਲਾ ਤੇ ਸੀਗਾ ਵੋਟਾਂ ਦਾ, ਜਿਹੜੇ ਉਹਦੇ ਪ੍ਰੇਮੀ ਹੈ ਰਾਮ ਰਹੀਮ ਦੇ, ਉਹਨਾਂ ਦੀ ਵੋਟਾਂ ਦਾ ਮਾਮਲਾ ਸੀ। ਤੇ ਖੁਸ਼ੀ ਇਹਨਾਂ ਨੂੰ ਹੋ ਰਹੀ ਸੀ ਵੀ ਹੁਣ ਸਾਨੂੰ ਵੋਟਾਂ ਪੈਣਗੀਆਂ, ਕਿਉਂਕਿ ਸੁਖਬੀਰ ਬਾਦਲ ਕਈ ਵਾਰੀ ਕਹਿ ਚੁੱਕੇ ਕਿ ਮੇਰੀ ਹੁਣ ਸਰਕਾਰ 25 ਸਾਲ ਰਹੇਗੀ, ਪਰ ਉਸ ਨੂੰ ਇਹ ਨਹੀਂ ਸੀ ਪਤਾ ਵੀ ਇਹ ਦਿਨ ਵੀ ਦੇਖਣੇ ਪੈਣਗੇ। ਸੋ ਸਾਨੂੰ ਸਮਝਣਾ ਚਾਹੀਦਾ ਕਿ ਵੀ ਕਿਉਂ ਲਿਆਂਦਾ ਗਿਆ ਹਰਚਰਨ ਸਿੰਘ, ਹਰਚਰਨ ਸਿੰਘ ਨੇ ਕਿਉਂ ਨਾਰਾਜ਼ ਦਿੱਤਾ ਰਿਜ਼ਾਈਨ? ਉਹ ਕਹਿੰਦਾ ਮੈਂ ਬੜਾ ਦੁਖੀ ਸੀ, ਮੇਰੇ ਤੇ ਬੜੇ ਪ੍ਰੈਸ਼ਰ ਸੀਗੇ, ਮੇਰੇ ਵਿਰੁੱਧ ਪ੍ਰਚਾਰ ਸ਼ੁਰੂ ਹੋ ਗਿਆ ਤੇ ਮੈਂ ਰਿਜ਼ਾਈਨ ਕਰਾਇਆ। ਜੋ ਕੁਝ ਉੱਥੇ ਹੋ ਰਿਹਾ ਉੱਥੇ ਰਹਿ ਕੇ ਜੋ ਮੈਨੂੰ ਪਤਾ ਲੱਗਾ, ਅੰਦਰ ਲੁੱਟ ਘਸੁੱਟ ਦੀ ਮੈਂ ਕਿਤਾਬ ਲਿਖ ਦਿੱਤੀ। ਸੋ ਹੁਣ ਮੇਰਾ ਤੁਹਾਨੂੰ ਆਖਰੀ ਸਵਾਲ ਹੈ ਇਸ ਸੰਵਾਦ ਦਾ ਕਿ ਜਿਹੜਾ 2 ਤਰੀਕ ਨੂੰ 1 ਵਜੇ ਜੋ ਅਕਾਲ ਤਖ਼ਤ ਉੱਤੇ ਪ੍ਰਕਿਰਿਆ ਹੋਣੀ ਹੈ, ਸਾਰੀ ਧਾਰਮਿਕ ਪ੍ਰਕਿਰਿਆ, ਉਹਦਾ ਪੱਖ ਸਿਆਸੀ ਵੀ ਹੈ ਕਿਉਂਕਿ ਅਕਾਲ ਤਖ਼ਤ ਦੇ ਜਥੇਦਾਰ ਸਾਹਿਬ ਕੋਲ 2 ਸ਼ਕਤੀਆਂ, ਇੱਕ ਮੀਰੀ ਦੀ ਇੱਕ ਪੀਰੀ ਦੀ। ਤੁਹਾਨੂੰ ਸਭ ਨੂੰ ਪਤਾ ਹੈ ਕਿ ਗੁਰੂ ਸਾਹਿਬ ਇਸਥੇ ਜਿਹੜਾ ਥੱਲੇ ਥੜਾ ਬਣਿਆ ਹੋਇਆ ਗੁਰੂ ਸਾਹਿਬ ਦਾ ਬਣਾਇਆ, ਉਸ ਥੜੇ ਉੱਪਰ ਹੀ ਉਹਨਾਂ ਨੂੰ ਗੁਰਗੱਦੀ ਮਿਲੀ ਸੀ ਤੇ ਬਾਬਾ ਬੁੱਢਾ ਜੀ ਨੇ ਉਹਨਾਂ ਦੇ ਕਲਗੀ ਲਾਈ ਸੀ ਤੇ ਉਹਨਾਂ ਨੇ ਅਨਾਊਂਸਮੈਂਟ ਕੀਤੀ ਸੀ ਬਈ ਸਾਨੂੰ ਤੁਸੀਂ ਵਧੀਆ ਘੋੜੇ ਤੇ ਸ਼ਸਤਰ ਹਥਿਆਰ ਤੇ ਨੌਜਵਾਨ ਬੱਚੇ ਸਿੰਘ ਦਿਓ, ਕਿਉਂਕਿ ਇਹ ਸਾਰਾ ਤਖ਼ਤ ਜਿਹੜਾ ਇਹ ਮੀਰੀ ਦਾ ਵੀ ਹੈ ਪੀਰੀ ਦਾ ਵੀ ਹੈ। ਤੋ ਉਹਦੇ ਨਾਲ ਉਸ ਤੋਂ ਬਾਅਦ ਤੁਹਾਨੂੰ ਪਤਾ ਹੋਊਗਾ ਗੁਰੂ ਸਾਹਿਬ ਨੇ 4 ਜੰਗਾਂ ਲੜੀਆਂ। ਹੁਣ ਤੁਸੀਂ ਮਤਲਬ ਹਰ ਚੀਜ਼ ਦਾ ਮਤਲਬ ਵੀ ਬਦਲ ਕੇ ਆਪਣੇ ਹੱਕ 'ਚ ਕਰਨਾ ਚਾਹੁੰਦੇ ਹੋ। ਬਾਦਲ ਪਰਿਵਾਰ ਨੂੰ ਜੋ ਸੂਟ ਕਰਦਾ ਹੈ, ਇਹਨਾਂ ਨੇ ਨਾ ਕੇਵਲ ਸਾਡੀਆਂ ਧਾਰਮਿਕ ਪਰੰਪਰਾਵਾਂ ਦੀਆਂ ਮਿੱਟੀ ਪਲੀਤ ਕੀਤੀ ਹੈ, ਇਹਨਾਂ ਨੇ ਸਾਡੀਆਂ ਸੰਸਥਾਵਾਂ ਉੱਤੇ ਬੈਠੇ ਹੋਏ ਮਹਾਨ ਸ਼ਖਸੀਅਤਾਂ ਨੂੰ ਨਗੂਣੇ ਬਣਾਇਆ, ਜਿਵੇਂ ਤੁਹਾਡੇ ਸਾਹਮਣੇ ਮਿਸਾਲ ਹੈ ਗਿਆਨੀ ਗੁਰਬਚਨ ਸਿੰਘ ਅਤੇ ਉਹਨਾਂ ਨਾਲ ਹੋਰ ਜਿਹੜੇ ਜਥੇਦਾਰ ਸਹਿਬਾਨ ਸੀ। ਸੋ ਇਸ ਬਾਰੇ ਹੁਣ ਤੁਸੀਂ ਸਾਨੂੰ ਫਾਈਨਲ ਇਹਦਾ ਕਲੋਜ਼ ਅਪ ਕਰੋ ਜੀ, ਸਰਦਾਰ ਜਸਵੀਰ ਸਿੰਘ ਪੱਟੀ ਜੀ। ਵੇਖੋ ਇੱਕ ਗੱਲ ਤਾਂ ਬੜੀ ਵੱਡੀ ਹੈ ਜੀ, ਜਿਹੜੀ ਗੱਲ ਤੁਸੀਂ ਕਹੀ ਅਕਾਲ ਤਖ਼ਤ ਦੇ ਜਥੇਦਾਰ ਬਾਰੇ,
ਭਾਈ ਰਣਜੀਤ ਸਿੰਘ ਨੂੰ ਜਦੋਂ ਲਾ ਕੇ ਬਕਾਇਦਾ ਤੌਰ 'ਤੇ ਗਿਆਨੀ ਮੋਹਨ ਸਿੰਘ ਨੂੰ ਜਥੇਦਾਰ ਬਣਾਉਣ ਦੀ ਗੱਲ ਕੀਤੀ ਸੀ, ਉਹਨੇ ਇਨਕਾਰ ਕਰਤਾ ਸੀ। ਉਹ ਕਹਿੰਦਾ ਸੀ ਅੱਜ ਮੈਂ ਦਾਦੇ ਦੀ ਜਗ੍ਹਾ 'ਤੇ ਬੈਠਾ ਅਤੇ ਜਿਹੜੀ ਅਕਾਲ ਤਖਤ ਦੇ ਜਥੇਦਾਰ ਦੀ ਜਗ੍ਹਾ ਵਾ ਉਹ ਪੋਤੇ ਦੀ ਜਗ੍ਹਾ ਵਾ, ਇਸ ਕਰਕੇ ਮੈਂ ਜਿੱਥੇ ਮੈਂ ਤਾਂ ਬੈਠਾ ਰਹਿੰਦਾ ਤੁਸੀਂ। ਕਾਰਨ ਕੋਈ ਹੋਰ ਸੀਗੇ ਲੇਕਿਨ ਬਹਾਨਾ ਉਹਨਾਂ ਦਾ ਇਹ ਸੀਗਾ। ਇਸ ਤਖਤ ਤੋਂ ਅੱਜ ਕੋਈ ਪਹਿਲੀ ਵਾਰੀ ਤਨਖਾਹ ਨਹੀਂ ਲੱਗਣ ਲੱਗੀ, ਧਾਰਮਿਕ ਹੋਵੇ ਜਾਂ ਰਾਜਸੀ ਹੋਵੇ ਜਾਂ ਸਮਾਜਿਕ ਹੋਵੇ। ਮਹਾਰਾਜਾ ਰਣਜੀਤ ਸਿੰਘ ਏਡਾ ਵੱਡਾ ਬਕਾਇਦਾ ਤੌਰ 'ਤੇ ਬਾਦਸ਼ਾਹ ਸੀ, ਤਨਖਾਹ ਉਹਨੂੰ ਵੀ ਲੱਗੀ ਸੀਗੀ, ਭਾਂਡੇ ਉਹਨੇ ਵੀ ਮਾਂਜੇ ਸੀਗੇ। ਜਦੋਂ ਕੋੜੇ ਮਾਰਨ ਦੀ ਗੱਲ ਕਰਦੇ ਮੈਂ ਉਹਦਾ ਸਹਿਮਤ ਨਹੀਂ, ਇਹ ਭਗਤ ਸਿੰਘ ਤਖਤ ਹੈ, ਇੰਟੈਰੋਗੇਸ਼ਨ ਸੈਂਟਰ ਨਹੀਂ। ਜਿਹੜਾ ਵੀ ਇੱਥੇ ਝੁੱਕਿਆ ਉਹਨੂੰ ਦੇਗ ਮਿਲੀ ਹੈ, ਜਿਹੜਾ ਚੜ੍ਹ ਕੇ ਉਹਨੂੰ ਤੇਗ ਮਿਲੀ ਹੈ ਇਸ ਤਖਤ ਤੋਂ। ਠੀਕ, ਇਸ ਕਰਕੇ ਇਹ ਝੁੱਕ ਕੇ ਆਏ ਨੇ, ਇਹਨਾਂ ਨੂੰ ਹੁਣ ਇੱਥੋਂ ਪ੍ਰਸ਼ਾਦ ਵੀ ਮਿਲੇਗਾ, ਦੇਗ ਵੀ ਮਿਲੇਗੀ, ਅਤੇ ਜਿਹੜਾ ਪ੍ਰਸ਼ਾਦ ਮਿਲਿਆ ਦੂਜਾ ਸਜ਼ਾ ਦਾ ਉਹ ਵੀ ਮਿਲੇਗਾ ਇਹਨਾਂ ਨੂੰ। ਉਹ ਪ੍ਰੈਰੋਗੇਟਿਵ ਆਪਾਂ ਉਹਦੇ 'ਤੇ ਕੋਈ ਟਿੱਪਣੀ ਨਹੀਂ ਕਰ ਸਕਦੇ, ਲੇਕਿਨ ਮੈਂ ਇਹ ਕਹੂੰਗਾ ਵੀ ਜਥੇਦਾਰ ਹੁਣ ਆਪਣੀ ਪੂਰੀ ਵਾਹ ਲਾਉਣਗੇ ਵੀ ਇਹਨੂੰ ਬੈਲੈਂਸ ਰੱਖਣਗੇ ਬਿਲਕੁਲ। ਜੇ ਬੈਲੈਂਸ ਨਾ ਰੱਖਿਆ ਤਾਂ ਹਾਲਾਤ ਕਾਫੀ ਹੱਦ ਤੱਕ ਜਿਹੜੇ ਜਥੇ ਨੇ ਵਿਗੜ ਸਕਦੇ ਨੇ, ਅਤੇ ਪਤਾ ਇਹਨਾਂ ਨੂੰ ਵੀ ਆ। ਜਿਹੜੀ ਗੱਲ ਤੁਸੀਂ ਕੀਤੀ ਸੀਗੀ ਵੀ ਇਹਨਾਂ ਮੀਟਿੰਗ ਨਹੀਂ ਬੁਲਾਈ ਪੰਥਕ ਜਥੇਬੰਦੀਆਂ ਦੀ, ਲੋੜ ਨਹੀਂ ਸੀਗੀ। ਮੇਨ ਚੀਜ਼ ਇਹ ਸੀ ਵੀ ਸੁਖਬੀਰ ਸਿੰਘ ਬਾਦਲ ਆਕੀ ਸੀ, ਮੈਂ ਅਸਤੀਫਾ ਨਹੀਂ ਦੇਣਾ। ਅਸਤੀਫਾ ਦੇ ਦਿੱਤਾ ਉਹਨੇ, ਅਸਤੀਫਾ ਦੇਣ ਤੋਂ ਬਾਅਦ ਰਿਜੈਕਟ ਕਹਿੰਦੀ ਸੀ ਮਨਜ਼ੂਰ ਹੀ ਨਹੀਂ ਕਰਦੇ, ਨਾ ਕਰੋ ਬਈ। ਔਰ ਉਸ ਬੰਦੇ ਨੇ ਬਕਾਇਦਾ ਤੌਰ 'ਤੇ ਇੱਕ ਨਿਮਾਣੇ ਸਿੱਖ ਵਜੋਂ ਜਿਵੇਂ ਲੰਮੇ ਪੈ ਕੇ ਲਿਖੀ ਜਾਂਦਾ, ਲੰਮੇ ਪੈ ਕੇ ਚਿੱਠੀ ਲਿਖੀ ਵੀ ਮੈਂ ਆਪਣੇ ਪਦ ਤੋਂ ਅਸਤੀਫਾ ਦੇ ਚੁੱਕਾ ਹਾਂ। ਜੇ ਉਹ ਆਪਣੇ ਪਦ ਤੋਂ ਅਸਤੀਫਾ ਦੇ ਚੁੱਕਾ ਕੀ ਹੁਣ ਕਹੂਗਾ ਮੈਨੂੰ ਰਿਜੈਕਟ ਕਮੇਟੀ ਕਹੀ ਤੁਸੀਂ ਵਾਪਸ ਲੈ ਲਓ ਜੀ? ਨੋ, ਜਥੇਦਾਰ ਸੁਪਰੀਮ, ਉਹਦੀ ਸੁਪਰੀਮੇਸੀ ਇਸੇ ਗੱਲ 'ਚ ਹੀ ਹੈ, ਉਹਨੇ ਫੈਸਲਾ ਲੈਣਾ। ਜਦੋਂ ਉਹਨੇ ਲਿਖ ਕੇ ਦਿੱਤਾ ਮੈਂ ਅਸਤੀਫਾ ਦੇ ਚੁੱਕਾ, ਤਾਂ ਫਿਰ ਮੇਰਾ ਖਿਆਲ ਕੋਈ ਤੁੱਕਰ ਹੀ ਨਹੀਂ ਸੀ ਵੀ ਕਿਸੇ ਜਥੇਬੰਦੀਆਂ ਦੀ ਮੀਟਿੰਗ ਬੁਲਾਉਣ ਦੀ, ਕਿਉਂ ਜਥੇਬੰਦੀ ਕੋਈ ਇਹੀ ਪ੍ਰਵਾਨਗੀ ਲੈਣੀ ਸੀ ਵੀ ਕੀ ਇਹਨੂੰ ਬੰਦੇ ਨੂੰ ਅਸਤੀਫਾ ਦੇ ਕੇ ਪੇਸ਼ ਹੋਣ ਲਿਖਿਆ ਜਾਵੇ ਕਿ ਉਹਦਾ ਪੇਸ਼ ਹੋਣ ਕੀਤਾ ਜਾਵੇ। ਲੇਕਿਨ ਉਹ ਗੱਲ ਉਹਨੇ ਆਪ ਹੀ ਮੰਨ ਲਈ, ਉਹਨੇ ਵੇਖਿਆ ਵੀ ਇਹ ਮੇਰੀ ਜਾਨ ਛੁੱਟਦੀ ਨਹੀਂ, ਇਹ ਤੋਂ ਬਗੈਰ ਉਹਨੇ ਅਸਤੀਫਾ ਦੇ ਦਿੱਤਾ। ਔਰ ਮੇਰੀ ਆਪਣੀ ਨਿੱਜੀ ਖਾਹਿਸ਼ ਆ ਵੀ ਇਹਦੇ ਉੱਤੇ ਸ਼੍ਰੋਮਣੀ ਅਕਾਲੀ ਦਲ ਦੀ, ਬਾਦਲ ਦਲ ਦੀ ਮੈਂ ਨਹੀਂ ਗੱਲ ਕਰ, ਜਿਹੜਾ ਮਰਜ਼ੀ ਬਣਾ ਲਓ, ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਦਰਵੇਸ਼ ਕਿਸਮ ਦਾ ਹੋਣਾ ਚਾਹੀਦਾ, ਜਿਹੜਾ ਪੰਥ ਨੂੰ, ਗੁਰੂ ਗ੍ਰੰਥ ਅਤੇ ਗੁਰੂ ਪੰਥ ਨੂੰ ਸਮਰਪਿਤ ਹੋਵੇ ਅਤੇ ਇਮਾਨਦਾਰ ਹੋਵੇ, ਕੁਰਬਾਨੀ ਦਾ ਮੁਜੱਸਮਾ ਹੋਵੇ। ਨਾ ਤਾਂ ਕੁਰਬਾਨੀ ਦੇ ਮਸਬੇ ਆ, ਨਾ ਇਮਾਨਦਾਰ ਆ, ਨਾ ਗੁਰੂ ਗ੍ਰੰਥ ਅਤੇ ਗੁਰੂ ਪੰਥ ਨੂੰ ਸਮਰਪਿਤ ਨੇ। ਤੁਹਾਡੇ ਸਾਹਮਣੇ ਤੁਸੀਂ ਕਿੰਨੀ ਡਿਟੇਲ ਦੱਸ ਦਿੱਤੀ ਆ ਵੀ ਵੋਟਾਂ ਦੀ ਖਾਤਰ ਗੁਰੂ ਸਾਹਿਬ ਦੀ ਅਜ਼ਮਤ ਨੂੰ ਉਹਨਾਂ ਦਾ ਦਾਤ ਲਾਤਾ, ਸੌਦਾ ਸਾਹਿਬ ਜਿੱਤੇ ਇੰਨੇ ਕ੍ਰਿਮੀਨਲ ਦੋਸ਼ ਸੀਗੇ ਉਹਨੂੰ ਮਾਫੀ ਦੇ ਦਿੱਤੀ, ਉਹਦੀ ਖੁਸ਼ੀ ਇਸ਼ਤਿਹਾਰ ਦੇ ਰਹੇ ਨੇ। ਮਤਲਬ ਨਾ ਇਹ ਗੁਰੂ ਗ੍ਰੰਥ ਨੂੰ ਸਮਰਪਿਤ ਹੈ, ਨਾ ਗੁਰੂ ਪੰਥ ਨੂੰ ਸਮਰਪਿਤ ਹੈ, ਨਾ ਇਹ ਕੁਰਬਾਨੀ ਦੇ ਮਸਜਮ ਜਸਮੇ, ਇਹਨਾਂ ਦੀ ਕੋਈ ਇਹੋ ਜਿਹੀ ਗੱਲ ਨਹੀਂ ਹੈਗੀ।
ਇਸ ਕਰਕੇ ਸ਼੍ਰੋਮਣੀ ਅਕਾਲੀ ਦਲ ਦਾ ਇੱਕ ਰਿਕਾਰਡ ਰਿਹਾ ਵਾ, ਇੱਥੇ ਬੇਤਾਜ ਬਾਦਸ਼ਾਹ ਬਾਬਾ ਖੜਗ ਸਿੰਘ ਵਰਗੇ ਪ੍ਰਧਾਨ ਰਹਿੰਦੇ ਸ਼੍ਰੋਮਣੀ ਅਕਾਲੀ ਦਲ ਦੇ, ਉਹਨੂੰ ਬੇਤਾਜ ਬਾਦਸ਼ਾਹ ਕਹੀਦਾ ਸੀਗਾ। ਤੇਜਾ ਸਿੰਘ ਸੁਤੰਤਰ ਦੀ ਗੱਲ ਕਰ ਲੈਂਦੇ ਹਾਂ ਅਸੀਂ। ਤੇਜਾ ਸਿੰਘ ਸੁਤੰਤਰ MP ਬਣਿਆ ਸੀਗਾ, ਮੈਂਬਰ ਪਾਰਲੀਮੈਂਟ ਸੀ, ਇੰਦਰਾ ਗਾਂਧੀ ਦੇ ਬਹੁਤ ਨੇੜੇ ਸੀ। ਨੇੜੇ ਇਸ ਕਰਕੇ ਸੀ ਵੀ ਉਹ ਮੁੱਦੇ ਬੜੇ ਵਧੀਆ ਉਠਾਉਂਦਾ ਸੀਗਾ। ਜਗਮੀਤ ਸਿੰਘ ਬਰਾੜ ਜਦੋਂ MP ਬਣਦਾ, 6 ਪੇਜ ਦੀ ਲੈਟਰ ਲੈ ਕੇ ਜਾਂਦਾ ਅਤੇ ਪੜ੍ਹਦਾ ਜਾ ਕੇ ਪਾਰਲੀਮੈਂਟ 'ਚ, ਅਤੇ ਦੇਸ਼ ਦਾ ਉਪ ਪ੍ਰਧਾਨ ਮੰਤਰੀ ਅਤੇ ਗ੍ਰਹਿ ਮੰਤਰੀ ਅਡਵਾਨੀ ਆ ਕੇ ਜੱਫੀ ਮਾ ਕੇ ਮਿਲਦਾ ਵੀ ਜਗਮੀਤ ਪਹਿਲੀ ਵਾਰੀ ਮੇਰੀ ਆਪਣੀ, ਜਦੋਂ ਦਾ ਮੈਂ ਇੱਥੇ MP ਬਣਿਆ ਵਾਂ, ਪਹਿਲੀ ਵਾਰੀ ਤੂੰ ਬੰਦਾ ਜਿਹਨੇ ਬੜੇ ਤਰੀਕੇ ਅਤੇ ਸਲੀਕੇ ਦੇ ਮੁੱਦੇ ਉਠਾਏ। ਉਹ ਤੇਜਾ ਸਿੰਘ ਸੁਤੰਤਰ ਦੀ ਗੱਲ ਸੀਗੀ। ਤੇਜਾ ਸਿੰਘ ਸੁਤੰਤਰ ਮੁੱਦੇ ਉਠਾ ਰਿਹਾ ਸੀ, ਆਪਣੀ ਸਪੀਚ ਦੇ ਰਿਹਾ ਸੀ, ਪਾਰਲੀਮੈਂਟ 'ਚ ਹਾਰਟ ਅਟੈਕ ਹੁੰਦਾ, ਡਿੱਗ ਪੈਂਦਾ। ਸਭ ਤੋਂ ਪਹਿਲਾਂ ਭੱਜ ਕੇ ਇੰਦਰਾ ਗਾਂਧੀ ਪ੍ਰਧਾਨ ਮੰਤਰੀ ਨੂੰ ਕੋਈ ਜਾਂਦੀ ਹੈ, ਕੀ ਗੱਲ ਹੋਈ ਆ, ਜਹੇਦਾਰ ਨੂੰ ਵੇਖਦੀ ਆ, ਹੋਸਪਿਟਲ ਪਹੁੰਚਾਇਆ ਜਾਂਦਾ ਉਹਨੂੰ। ਅਤੇ ਜਦੋਂ ਉਹਦਾ ਬੂਟੀਆਂ ਵਾਲਾ ਝੋਲਾ ਫੋਲਿਆ ਜਾਂਦਾ ਨਾ, ਉਹਦੇ ਵਿੱਚੋਂ ਇੱਕ ਕਛਹਿਰਾ ਅਤੇ ਇੱਕ ਪਰਨਾ ਅਤੇ ਇੱਕ ਪੌਣੇ 'ਚ 2 ਰੋਟੀਆਂ ਤੋਂ ਉੱਤੇ 4 ਦੀ ਫਾੜੀ ਪਈ ਸੀ ਵੀ ਦੁਪਹਿਰੇ ਜਦੋਂ ਕਿਤੇ ਲੰਚ ਖਾਓ ਕਰ ਲਾਂਗੇ ਅਤੇ ਇਹ ਖਾ ਲਾਂਗੇ। ਇਹ ਸੀ ਜਥੇਦਾਰਾਂ ਦੀ ਗੱਲ, ਇਹ ਸੀ ਅਕਾਲੀ ਦਲ ਦੀ ਗੱਲ। ਅਤੇ ਅੱਜ ਤਾਂ ਤੁਸੀਂ ਅਕਾਲੀ ਦਲ ਦੇ ਪ੍ਰਧਾਨ ਨੂੰ ਮਿਲਣਾ ਪਵੇ ਤਾਂ ਤੁਹਾਨੂੰ 7 ਸਿਕਿਉਰਿਟੀ ਜਿਹੜੇ ਆ ਬਾਰਡਰ ਕ੍ਰੋਸ ਕਰਨੇ ਪੈਣਗੇ, ਫਿਰ ਜਾ ਕੇ ਮਿਲ ਸਕਦੇ ਤੁਸੀਂ। ਅੱਜ ਤਾਂ ਉਹ AC ਗੱਡੀਆਂ 'ਚ ਰਹਿੰਦੇ ਅਤੇ AC ਕਮਰਿਆਂ 'ਚ ਰਹਿੰਦੇ ਨੇ, ਖਾਣ ਪੀਣ ਕੀ ਤਾਂ ਵੱਖਰੀ ਗੱਲ ਉਹਨਾਂ ਦੀ। ਇਸ ਕਰਕੇ ਇਹ ਲੋਕ ਬਕਾਇਦਾ ਤੌਰ 'ਤੇ ਅਕਾਲੀ ਦਲ ਦੀ ਪ੍ਰਧਾਨਗੀ ਦੇ ਕਾਬਲ ਨਹੀਂ। ਅੱਜ ਵੀ ਜੇ ਕਿਤੇ ਸਿੱਖਾਂ ਨੇ ਸਰਵਾਈਵ ਕਰਨਾ ਤਾਂ ਇਹਨਾਂ ਨੂੰ ਬੇਤਾਜ ਬਾਦਸ਼ਾਹ ਬਾਬਾ ਖੜਗ ਸਿੰਘ ਵਰਗਾ ਕੋਈ ਨਾ ਕੋਈ ਸੰਤ ਲੈ ਕੇ ਆਉਣਾ ਪਊਗਾ, ਜਿਹਨੂੰ ਕਿਸੇ ਕਿਸੇ ਨੂੰ ਕੋਈ ਲਾਲਚ ਨਾ ਹੋਵੇ, ਕੌਮ ਨੂੰ ਪਿਆਰ ਕਰਨ ਵਾਲਾ ਹੋਵੇ, ਗੁਰੂ ਪ੍ਰੰਥ ਅਤੇ ਗੁਰੂ ਪੰਥ ਨੂੰ ਸਮਰਪਿਤ ਹੋਵੇ, ਅਤੇ ਫਿਰ ਤਾਂ ਗੱਲ ਜੋ ਬਣ। ਮੈਂ ਵੀ ਦੱਸਦਿਆਂ, ਹਿੰਦੂ ਭਾਈਚਾਰੇ 'ਚੋਂ ਸਹਿਜਧਾਰੀ ਫੈਡਰੇਸ਼ਨ ਦਾ ਪ੍ਰਧਾਨ ਕੌਣ ਹੁੰਦਾ, ਡਾਕਟਰ ਮੋਹਨ ਲਾਲ ਸਾਡਲ ਹੁੰਦਾ ਸੀਗਾ, ਦਾੜੀ ਸ਼ੇਵ ਕੀਤੀ ਹੁੰਦੀ, ਸਿਰ 'ਤੇ ਨੀਲੀ ਪੱਗ ਬੰਨ੍ਹਦਾ ਸੀ, ਉਹ ਹਿੰਦੂ ਭਾਈਚਾਰੇ ਦੇ ਵੀ ਅਕਾਲੀ ਦਲ ਰਿਹਾ ਸੀ ਵੀ ਨਹੀਂ ਬਈ ਇਹ ਬੰਦੇ ਸੱਚੇ ਸੁੱਚੇ ਨੇ। ਇਸ ਕਰਕੇ ਜਿਹੜੀ ਤਨਖਾਹ ਲੱਗਣੀ ਆ ਉਹਦੇ 'ਚ ਕੋਈ ਸ਼ੱਕ ਵਾਲੀ ਗੱਲ ਨਹੀਂ, ਸਮਾਜਿਕ ਤੌਰ 'ਤੇ, ਧਾਰਮਿਕ ਤੌਰ 'ਤੇ, ਰਾਜਨੀਤਿਕ ਤੌਰ 'ਤੇ, ਤਿੰਨਾਂ ਮੁੱਦਿਆਂ ਨੂੰ ਮੁੱਖ ਰੱਖ ਕੇ ਤਨਖਾਹ ਲੱਗੇਗੀ ਇਹਨਾਂ ਨੂੰ ਜੀ। ਜੀ ਸੋ ਅੱਜ ਦਾ ਇਹ ਸੰਵਾਦ ਹੁਣ ਅਸੀਂ ਇੱਥੇ ਸਮਾਪਤ ਕਰਦੇ ਹਾਂ। ਚਰਚਾ ਕਰ ਰਹੇ ਸੀ ਕਿ 2 ਤਰੀਕ 1 ਵਜੇ ਅਕਾਲ ਤਖ਼ਤ ਤਾਰ 'ਤੇ ਸਭ ਨੂੰ ਬੁਲਾਇਆ ਗਿਆ, ਉਹ 94 ਹੈਗੇ ਲੀਡਰ SCBC ਦੇ, ਅਕਾਲੀ ਦਲ ਦੇ ਜਾਂ ਬਾਗੀ, ਔਰ ਉੱਥੇ ਇੱਕ ਬੜਾ ਮਹੱਤਵਪੂਰਨ ਜੋ ਫੈਸਲਾ ਹੋਣਾ ਹੈ। ਇੱਕ ਗੱਲ ਨੂੰ ਸਾਨੂੰ ਸਾਰਿਆਂ ਨੂੰ ਸਮਝ ਲੈਣਾ ਚਾਹੀਦਾ, ਜਥੇਦਾਰ ਸਾਹਿਬਾਨ ਦੇ ਪਿੱਛੇ ਸਾਰਾ ਪੰਥ ਖੜਾ, ਅਕਾਲੀ ਦਲ ਦੇ ਪਿੱਛੇ ਉਹਨਾਂ ਦੇ ਚਮਚੇ ਜਿਨ੍ਹਾਂ ਨੇ ਉਹਨਾਂ ਤੋਂ ਫਾਇਦਾ ਲਿਆ ਹੋਇਆ, ਵਿਰਸਾ ਸਿੰਘ ਵਲਟੋਏ ਵਰਗੇ, ਲੰਘਾ ਵਰਗੇ, ਸੁੱਚਾ ਸਿੰਘ, ਦਲਜੀਤ ਸਿੰਘ ਚੀਮਾ, ਕੀ ਸਟੇਟਸ ਹੈ ਉਹਦਾ। ਮੇਰਾ ਕਹਿਣ ਦਾ ਮਤਲਬ ਹੈ ਹੁਣ
ਪੰਥ ਤੇ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਤੇ ਹੋਰ ਤਖ਼ਤਾਂ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ, ਗਿਆਨੀ ਸੁਲਤਾਨ ਸਿੰਘ ਜੀ, ਪੰਥ ਸ਼ਕਤੀ ਪਿੱਛੇ ਕੜੀਏ ਤੇ ਇੱਕ ਇਤਿਹਾਸਕ ਰੋਲ ਪਲੇ ਕਰਨਾ ਉਹਨਾਂ ਨੇ ਪਰਸੋਂ 2 ਤਰੀਕ ਤੋਂ। ਸਾਰਾ ਵਿਸ਼ਵ ਵਿੱਚ ਸਿੱਖ ਦੇਖ ਰਹੇ, ਕੇਂਦਰ ਦੀ ਸਰਕਾਰ ਵੀ ਦੇਖ ਰਹੀ ਹੈ ਭਾਰਤ ਦੀ, ਔਰ ਪੰਜਾਬ ਦੀ ਸਰਕਾਰ ਤੇ ਸਾਰੀਆਂ ਪੋਲੀਟੀਕਲ ਪਾਰਟੀਆਂ ਦੇਖ ਰਹੀਆਂ, ਕਿਉਂਕਿ ਇਹ ਫੈਸਲਾ ਆਉਣ ਵਾਲੀ ਪੰਜਾਬ ਦੀ ਰਾਜਨੀਤੀ ਦੀ ਦਿਸ਼ਾ ਨਿਰਦੇਸ਼ ਜਿਹੜਾ ਉਹ ਸਥਾਪਿਤ ਕਰੇਗਾ ਕਿ ਕਿੱਦਾਂ ਦੇ ਸਿੱਖਾਂ ਦੇ ਲੀਡਰ ਹੋਣ ਤੇ ਉਹਨਾਂ ਦੀ ਸੋਚ ਵਿਚਾਰ ਕਿੱਦਾਂ ਦੀ ਹੋਵੇ। ਯਾਨੀ ਕਿ ਜਿਵੇਂ ਸਰਦਾਰ ਜਸਬੀਰ ਸਿੰਘ ਪੱਟੀ ਜੀ ਨੇ ਦੱਸਿਆ ਵੀ ਉਹ ਇਮਾਨਦਾਰ ਹੋਣ, ਸੰਤ ਸੁਭਾਅ ਹੋਣ, ਲੋਭ ਲਾਲਚੀ ਨਾ ਹੋਣ, ਉਹਨਾਂ ਦੇ ਕੋਨੇ ਵਿੱਚ 2 ਰੋਟੀਆਂ ਤੇ ਅਚਾਰ ਹੋਵੇ ਤੇ ਸਿੱਖ ਕੌਮ ਨੂੰ ਫਿਰ ਉਹ ਇਮਾਨਦਾਰੀ ਨਾਲ ਲੀਡ ਕਰਨਗੇ, ਇੱਦਾਂ ਦਾ ਪ੍ਰਧਾਨ ਲੱਭਣਾ ਪਏਗਾ। ਇਹ ਜਿਹੜੇ ਪ੍ਰਧਾਨ ਬਣੇ ਉਤਰਨੇ ਜਾਂ ਜਿਹੜੇ ਬਣਦੇ ਨੇ ਆਸ ਪਾਸ ਖੜੇ ਜੀ, ਭੁੰਦੜ ਨੂੰ ਬਣਾ ਦਿਓ ਜੀ, ਫਲਾਣੇ ਨੂੰ, ਇਹ ਸਾਰੇ ਇੱਕੋ ਥੈਲੀ ਦੇ ਛੱਟੇ ਵੱਟੇ, ਇਹਨਾਂ ਤੋਂ ਬਚੋ। ਇੱਥੇ ਮੈਂ ਚਰਚਾ ਸਮਾਪਤ ਕਰਦਾ। ਇਹ ਬੜਾ ਇੰਪੋਰਟੈਂਟ ਸੰਵਾਦ ਹੈ ਜਿਹੜੇ ਵਿੱਚ ਕਿ ਸਾਰੇ ਤੱਥ ਲਿਆਉਂਦੇ ਨੇ ਸਰਦਾਰ ਜਸਬੀਰ ਸਿੰਘ ਪੱਟੀ ਜੀ ਨੇ, ਇਹਨਾਂ ਦੀ ਬੜੀ ਮਿਹਰਬਾਨੀ ਹੈ, ਸਾਡੇ ਸਨੇਹ ਤੇ ਆ ਜਾਂਦੇ ਨੇ। ਹਾਲਾਂਕਿ ਮੈਂ ਬੈਠਾ ਲਾਹੌਰ ਵਿੱਚ ਹਾਂ, ਉੱਥੋਂ ਕਰ ਰਿਹਾ, ਪਰ ਫਿਰ ਵੀ ਇਹਨਾਂ ਦੀ ਪੂਰੀ ਕੋਪਰੇਸ਼ਨ ਹੈ। ਅਸੀਂ ਬਹੁਤ ਬਹੁਤ ਧੰਨਵਾਦੀ ਹਾਂ ਸਰਦਾਰ ਜਸਬੀਰ ਸਿੰਘ ਪੱਟੀ ਜੀ, ਤੁਸੀਂ ਸਾਡੇ ਪ੍ਰੋਗਰਾਮ ਵਿੱਚ ਆਏ। ਵਾਹਿਗੁਰੂ ਤੁਹਾਡੇ ਤੇ ਮਿਹਰ ਕਰੇ। ਇਸ ਨੂੰ ਅਸੀਂ ਸਮਾਪਤ ਕਰ ਰਹੇ ਹਾਂ ਅਤੇ ਫਿਰ ਆਵਾਂਗੇ ਇੱਕ ਹੋਰ ਮਹੱਤਵਪੂਰਨ ਮੁੱਦੇ ਤੇ, ਇੱਕ ਨਵਾਂ ਸੰਵਾਦ ਲੈ ਕੇ ਤੁਹਾਡੇ ਸਾਹਮਣੇ ਰੱਖਾਂਗੇ। ਧੰਨਵਾਦ, ਸਤਿ ਸ੍ਰੀ ਅਕਾਲ, ਸਤਿ ਸ੍ਰੀ ਅਕਾਲ।